ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ ਗੁਰਦਿਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਦਾਹਰਣ ਹੈ ਕਮਾਲੇ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ੋ ਰਾਜਕੁਰ ਹਕੁਰਹੀਮ ਬਖਸ਼ੋ ਬਖਸ਼ਿੰਦ ਦਸਤਗੀਰ ਰਜ਼ਾ ਬਖਸ਼ ਰੋਜ਼ੀ ਦੇਹੋ ਦਿਲ ਪਾਜ਼ੀਰ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ, ਬੜੀ ਭਾਵਨਾ ਸਹਿਤ ਗੁਰਮੁਖ ਪਿਆਰਿਆਂ ਨੇ ਤੁਰਕੀ ਬਾਣੀ ਦਾ ਫੁਰਮਾਨ ਆਪ ਸੰਗਤ ਨਾਲ ਸਾਂਝਾ ਕੀਤਾ ਹੈ। ਆਓ ਇਸ ਅਗੰਮੀ ਫੁਰਮਾਨ ਦੀ ਵਿਆਖਿਆ ਨਾਲ ਜੁੜ ਕੇ ਆਪਣੇ ਸਮੇਂ ਨੂੰ, ਜੀਵਨ ਨੂੰ ਸਫਲਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਪੂਰਨ ਕਬਹੂ ਨਾ ਡੋਲਤਾ, ਪੂਰਾ ਕੀਆ ਪ੍ਰਭ ਆਪ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਇਹ ਅਗੰਮੀ ਬਾਣੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਅੰਗ ਤੇ ਦਰਜ ਹੈ। ਗੁਰਦੇਵ ਦੀ ਬਾਣੀ ਦੀ ਜੋ ਮਹਿਮਾ ਹੈ, ਇਹ ਬਾਣੀ ਦੇ ਅੰਦਰ ਹੀ ਪ੍ਰਫੁੱਲਤ ਹੈ। ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੈ ਕਮਾਵੈ ਸੋ ਉਤਰੇ ਪਾਰ। ਜਨਮ ਨਾ ਮਰੈ ਨਾ ਆਵੈ ਨਾ ਜਾਏ, ਹਰ ਸੇਤੀ ਉਹ ਰਹੇ ਸਮਾਏ। ਗੁਰਦੇਵ ਦੀ ਬਾਣੀ ਅਕਾਲ ਪੁਰਖ ਦੀ ਬਾਣੀ ਹੈ, ਜੋ ਗੁਰਾਂ ਰਾਹੀਂ ਪ੍ਰਗਟ ਹੋਈ। ਜਿਹੜਾ ਸੁਣਦਾ ਹੈ, ਪੜ੍ਹਦਾ ਹੈ, ਕਮਾਉਂਦਾ ਹੈ, ਜਨਮ ਮਰਨ ਤੋਂ ਨਜ਼ਾਤ ਹਾਸਲ ਕਰਦਾ ਹੈ,
ਪਰਮਾਤਮਾ ਵਿੱਚ ਉਸ ਨੂੰ ਅਭੇਦਤਾ ਮਿਲ ਜਾਂਦੀ ਹੈ। ਐਸਾ ਬਾਣੀ ਨੂੰ ਪੜ੍ਹਨ ਸੁਣਨ ਤੇ ਗਾਉਣ ਦਾ ਫਲ ਹੈ, ਰੋਗ ਸੋਗ ਮਿਟ ਜਾਂਦੇ ਨੇ। ਗੁਰੂ ਅਰਜਨ ਸਾਹਿਬ ਪਾਤਸ਼ਾਹ ਉਹਨਾਂ ਲੋਕਾਂ ਬਾਬਤ ਤੇ ਸ਼ਬਦ ਪ੍ਰਫੁੱਲਤ ਕਰਦੇ ਨੇ ਜਿਨ੍ਹਾਂ ਨੇ ਪ੍ਰਭੂ ਦੇ ਗੀਤ ਗਾਏ ਔਰ ਪਰਮਾਤਮਾ ਨੇ ਉਹਨਾਂ ਨੂੰ ਪੂਰਨਤਾ ਬਖਸ਼ ਦਿੱਤੀ। ਪੂਰਨ ਦਾ ਭਾਵ ਹੈ ਜੋ ਭਰਿਆ ਹੋਇਆ ਹੈ, ਜਿਸ ਵਿੱਚ ਕੋਈ ਕਸਰ ਨਾ ਹੋਵੇ। ਸਤ ਸੰਤੋਖ ਦਇਆ ਧਰਮ ਖਿਮਾ ਸ਼ੁਭ ਗੁਣਾਂ ਦੇ ਸਹਿਤ ਹੋਵੇ, ਸ਼ੁਭ ਆਚਰਣ ਵਾਲਾ ਹੋਵੇ, ਅਸਮਤਾਂ ਦੇ ਨਾਲ ਭਰਪੂਰ ਹੋਵੇ, ਆਮ ਇਨਸਾਨ ਤੋਂ ਜੋ ਮਹਾਂਪੁਰਸ਼ ਹੋ ਨਿਬੜਿਆ ਹੋਵੇ। ਕਿਤੇ ਜਿਨ੍ਹਾਂ ਨੂੰ ਗੁਰੂ ਪਰਮੇਸ਼ਰ ਨੇ ਪੂਰਨ ਕਰ ਦਿੱਤਾ ਹੈ ਉਹਨਾਂ ਦੀ ਹਸਤੀ ਕੁਝ ਐਸੀ ਹੈ, ਉਹ ਕਦੇ ਡੋਲਦੇ ਨਹੀਂ। ਪਰਮਾਤਮਾ ਦਾ ਉਹਨਾਂ ਦੇ ਸਿਰ ਤੇ ਸਦਾ ਹੱਥ ਹੁੰਦਾ ਹੈ, ਨਾ ਉਹ ਮਾਇਆ ਵਿੱਚ ਹੀ ਡੋਲਦੇ ਨੇ, ਅਸਰ ਨਹੀਂ ਕਬੂਲਦੇ, ਨਾ ਉਹ ਧਰਮ ਤੋਂ ਹੀ ਡੋਲਦੇ ਨੇ, ਪਰਮਾਰਥ ਦੇ ਰਸਤੇ ਤੋਂ ਵੀ ਨਹੀਂ ਭਟਕਦੇ। ਉਹਨਾਂ ਦੀ ਹਸਤੀ ਬੜੀ ਬੁਲੰਦ ਹੁੰਦੀ ਹੈ, ਝੁਕਦੇ ਨਹੀਂ, ਡਰਦੇ ਨਹੀਂ, ਡੋਲਦੇ ਨਹੀਂ, ਮਜ਼ਹਬ ਦੇ ਦੀਨ ਦੇ ਧਰਮ ਦੇ ਪੱਕੇ ਹੁੰਦੇ ਨੇ। ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤਹੂ ਨਾਹੀ, ਉਹਨਾਂ ਦੀ ਬਣਤਰ ਹੀ ਪ੍ਰਭੂ ਐਸੀ ਬਣਾ ਦਿੰਦਾ ਹੈ, ਉਹਨਾਂ ਦਾ ਹਿਰਦਾ ਡੁਲਾਏਮਾਨ ਨਹੀਂ ਹੁੰਦਾ, ਕਦੇ ਵੀ ਡੋਲਦੇ ਨਹੀਂ। ਉਹ ਅਵਚਲ ਨੀਵ ਧਰਾਈ ਸਤਿਗੁਰ ਕਬਹੂ ਡੋਲਤ ਨਾਹੀ, ਗੁਰੂ ਨਾਨਕ ਜਬ ਭਏ ਦਯਾਰਾ ਸਰਬ ਸੁਖਾ ਨਿਦ ਪਾਹੀ। ਗੁਰੂ ਦੇ ਪਿਆਰਿਆਂ ਦੀ ਨੀਵ ਅਬਚਲ ਹੁੰਦੀ ਹੈ, ਟਿੱਕੀ ਹੋਈ। ਗੁਰੂ ਦੀ ਕਿਰਪਾ ਦੇ ਸਦਕਾ ਅਡਿੱਗ ਅਡੋਲ ਹਸਤੀ ਬਣ ਜਾਂਦੇ ਨੇ, ਕਦੇ ਉਹ ਡੋਲਦੇ ਨਹੀਂ। ਬੇਅੰਤ ਗੁਰਸਿੱਖਾਂ ਦਾ ਹਿਸਟਰੀ ਦੇ ਵਿੱਚ ਤੁਹਾਨੂੰ ਜ਼ਿਕਰ ਮਿਲ ਜਾਵੇਗਾ। ਫਰਕਸੀਅਰ ਬਾਦਸ਼ਾਹ ਗੁਰਦਾਸ ਨੰਗਲ ਦੀ ਗੜੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਾਥੀਆਂ ਨੂੰ ਸ਼ਾਹੀ ਫੌਜ ਰਾਹੀਂ ਗ੍ਰਿਫਤਾਰ ਕਰਕੇ ਦਿੱਲੀ ਲੈ ਆਉਂਦਾ ਹੈ। ਔਰ ਦਿੱਲੀ ਦੇ ਵਿੱਚ ਜੋ ਇਹਨਾਂ ਦੇ 700 ਦੇ ਇਰਦ ਗਿਰਦ ਸਾਥੀ ਨੇ, 100-100 ਸਿੰਘ ਕਰਕੇ ਰੋਜ਼ ਕਤਲ ਹੋਣ ਲੱਗੇ। ਹੈਰਾਨੀ ਦੀ ਗੱਲ ਹੈ ਵੀ ਇੱਕ ਵੀ ਸਾਥੀ ਨੇ ਈਨ ਨਹੀਂ ਮੰਨੀ, ਡੋਲਿਆ ਨਹੀਂ ਧਰਮ ਤੋਂ। ਐਲਫਿਨਸਟਨ ਗੋਰਾ ਵਿਦਵਾਨ ਹੈ,
ਉਹ ਲਿਖਦਾ ਹੈ ਵੀ ਕੋਈ 7 ਦਿਨਾਂ ਦੇ ਵਿੱਚ ਸਾਰੇ ਸਿੰਘ ਸ਼ਹੀਦ ਕਰ ਦਿੱਤੇ ਗਏ। ਇੱਕ ਹੋਰ ਅੰਗਰੇਜ਼ ਵਿਦਵਾਨ ਮਿਸਟਰ ਸ਼ਰਮਨ, ਉਹ ਸਰਕਾਰ ਦੇ ਰੈਕਡ ਦੇ ਵਿੱਚ ਲਿਖਦਾ ਹੈ, ਕਹਿੰਦਾ ਹਰ ਸਿੱਖ ਨੂੰ ਕਤਲ ਕਰਨ ਲਈ ਕੋਤਵਾਲੀ ਦੇ ਚਬੂਤਰੇ ਵਿੱਚ ਲਿਜਾਣ ਤੋਂ ਪਹਿਲਾਂ ਪੇਸ਼ਕਸ਼ ਕੀਤੀ ਜਾਂਦੀ ਹੈ, ਜਾਨ ਬਖਸ਼ੀ ਦੌਲਤ ਤੇ ਅਹੁਦਿਆਂ ਦੀ। ਕਹਿੰਦਾ ਇੱਕ ਵੀ ਸਿੱਖ ਨਾ ਅਹੁਦਾ ਕਰਕੇ ਡੋਲਿਆ, ਨਾ ਜਾਨ ਬਚਾਉਣ ਖਾਤਰ ਮੁਸਲਮਾਨ ਹੀ ਹੋਇਆ, ਨਾ ਦੌਲਤ ਪਿੱਛੇ ਹੀ ਡੋਲਿਆ। ਰੁਤਬਾ ਦੌਲਤ ਸ਼ੌਹਰਤ ਵੀ ਉਹਦੇ ਹਿਰਦੇ ਨੂੰ ਡੁਲਾ ਨਾ ਸਕੀ, ਸਗੋਂ ਦੂਸਰੇ ਨਾਲੋਂ ਪਹਿਲਾਂ ਸ਼ਹੀਦ ਹੋਣ ਲਈ ਇੱਕ ਦੂਜੇ ਨਾਲ ਹੀ ਕਹਿ ਰਹੇ ਨੇ ਵੀ ਪਹਿਲਾਂ ਮੈਂ ਸਿਰ ਦੇਣਾ ਹੈ, ਪਹਿਲਾਂ ਮੈਂ ਗੁਰੂ ਗੋਬਿੰਦ ਸਿੰਘ ਦੀ ਗੋਦ ਕਬੂਲਣੀ ਹੈ। ਔਰ ਇੱਕ ਅੰਗਰੇਜ਼ ਵਿਦਵਾਨ ਇਹਦੀ ਗਵਾਹੀ ਭਰਦਾ ਤੇ ਅੱਜ ਆਪਣੀ ਹਾਲਤ ਵੇਖੋ ਕੀ ਹੈ। ਈਸਾਈ ਆਉਂਦੇ ਨੇ ਜਾਂ ਕੋਈ ਹੋਰ ਧਰਮ ਵਾਲੇ ਆਉਂਦੇ ਨੇ, 4 ਟਕੇ ਸਾਨੂੰ ਦਿੰਦੇ ਨੇ ਜਾਂ ਬੱਚਿਆਂ ਦੀ ਫੀਸ ਦਾ ਲਾਲਚ ਦਿੰਦੇ ਨੇ। ਜੱਦੀ ਪੁਸ਼ਟੀ ਜਿਸ ਧਰਮ ਨੂੰ ਫੋਲੋ ਕੀਤਾ ਹੈ, ਝਟਪਟ ਛੱਡ ਕੇ ਦੂਜੇ ਦੀ ਗੋਦ ਬਹਿ ਜਾਂਦੇ ਨੇ ਅੱਜ ਸਾਡੇ ਲੋਕ। ਛੋਟਾ ਜਿਹਾ ਅਹੁਦਾ ਹੋਵੇ ਪੰਥ ਨੂੰ ਪਿੱਠ ਦੇ ਜਾਂਦੇ ਨੇ ਲੋਕ, ਵਿਕਣ ਤੋਂ ਪਹਿਲਾਂ ਕਦੇ ਵੱਡੇ ਵਡੇਰਿਆਂ ਦੇ ਇਤਿਹਾਸ ਨੂੰ ਖੋਲਿਆ ਕਰੋ, ਸ਼ਾਇਦ ਥੋੜੀ ਬਹੁਤੀ ਸ਼ਰਮ ਆ ਜਾਵੇ। ਬਾਕੀ ਜਿਹੜਾ ਟਕਿਆਂ ਤੇ ਵਿਕਦਾ ਹੈ ਉਹਦਾ ਨਾਮ ਇਤਿਹਾਸ ਵਿੱਚ ਨਹੀਂ ਰਹਿੰਦਾ। ਜਿਹੜਾ ਧਰਮ ਦਾ ਪੱਕਾ ਹੋਵੇ, ਧਰਮ ਦੀ ਝੋਲੀ ਕੁਝ ਪਾਵੇ, ਨਾਮਣਾ ਉਹਦਾ ਦੁਨੀਆਂ ਤੇ ਪ੍ਰਫੁੱਲਤ ਰਹਿੰਦਾ ਹੈ। ਇੱਕ ਹੋਰ ਵਿਦਵਾਨ ਸੈਰੁਲ ਮੁਤਖਰੀਨ, ਉਹ ਸਿੰਘਾਂ ਵਿੱਚ ਸ਼ਹੀਦੀ ਦੇ ਜਜ਼ਬੇ ਨੂੰ ਪ੍ਰਗਟ ਕਰਦਾ ਹੈ। ਫਾਰਸੀ ਦੇ ਬੋਲ ਨੇ, ਲਿਖਦਾ ਦਰ ਕੁਸ਼ਤਾ ਸ਼ੁਦਨ ਯਕੇ ਬਰ ਦੀਗਰੇ ਸਬਕਤ ਮੇ ਜੁਸਤ ਵਾ ਮਿੰਤੇ ਜਲਾਦ ਮੇ ਨਮੂਦ ਕੇ ਅਵਲ ਓਰਾ ਬਿਕੁਸ਼ੇਦ। ਭਾਵ ਸਿੰਘ ਇੱਕ ਦੂਜੇ ਨਾਲੋਂ ਅੱਗੇ ਵੱਧ ਕੇ ਜਲਾਦ ਦੀਆਂ ਮਿੰਤਾਂ ਕਰਦੇ ਨੇ। ਪੁੱਛੋ ਜੀ ਕਾਹਦੀ ਮਿੰਤ? ਜਾਨ ਬਚ ਜਾਵੇ ਇਸ ਲਈ? ਕਹਿੰਦੇ ਨਹੀਂ, ਤਰਲਾ ਲੈਂਦੇ ਨੇ ਵੀ ਸਾਥੀਆਂ ਨਾਲੋਂ ਪਹਿਲਾਂ ਮੇਰਾ ਕਤਲ ਹੋਵੇ, ਮੈਂ ਸ਼ਹਾਦਤ ਕਬੂਲਦਾ ਹਾਂ, ਮੈਨੂੰ ਗੁਰੂ ਪਰਮੇਸ਼ਰ ਦੀ ਗੋਦ ਸਭ ਤੋਂ ਪਹਿਲਾਂ ਮੰਨਣੀ ਹੈ। ਇਸੇ ਅਵਸਥਾ ਨੂੰ ਗੁਰੂ ਗ੍ਰੰਥ ਸਾਹਿਬ ਨੇ ਬਿਆਨ ਕੀਤਾ, ਮਰਨ ਮੁਨਸਾ ਸੂਰਿਆਂ ਹੱਕ ਹੈ,
ਜੋ ਹੋਏ ਮਰਨ ਪਰਵਾਣੋ ਸੂਰੇ ਸੇਈ ਆਗੈ ਆਖੀਐ ਹੈ ਦਰਗਹਿ ਪਾਵਹਿ ਸਾਚੀ ਮਾਣੋ। ਸੂਰਮਾ ਸ਼ਹੀਦੀ ਨੂੰ ਆਪਣਾ ਹੱਕ ਸਮਝਦਾ ਹੈ ਔਰ ਇੱਦਾਂ ਦੇ ਸੂਰੇ ਹੀ ਦਰਗਾਹ ਵਿੱਚ ਮਾਣ ਪਾਉਂਦੇ ਨੇ। ਵਿਕਿਆ ਹੋਇਆ ਇੱਥੇ ਵੀ ਲਾਨਤਾਂ ਹੀ ਖੱਟਦਾ ਹੈ, ਪਰਲੋਕ ਵੀ ਨਰਕੀ ਭੋਗਦਾ ਹੈ। ਜਦੋਂ 700 ਦੇ ਇਰਦ ਗਿਰਦ ਸਾਥੀ ਸ਼ਹੀਦ ਕਰ ਦਿੱਤੇ ਗਏ, ਕੋਈ 1716 ਈਸਵੀ ਦੀ ਗੱਲ ਹੈ, ਬਾਬਾ ਬੰਦਾ ਸਿੰਘ ਬਹਾਦਰ ਪੁੱਤਰ ਅਜੈ ਸਿੰਘ ਜੋ 3-4 ਵਰਿਆਂ ਦੇ ਦਰਮਿਆਨ ਉਮਰ ਰੱਖਦਾ ਹੈ ਤੇ ਮੁਖੀਏ ਜਰਨੈਲਾਂ ਨੂੰ ਸ਼ਹੀਦ ਕਰਨ ਦਾ ਸਮਾਂ ਆਇਆ। ਇਹਨਾਂ ਸਾਰਿਆਂ ਨੂੰ ਕੁਤਬ ਮੀਨਾਰ ਦੇ ਨੇੜੇ ਕੁਤਬਦੀਨ ਬਖਤਿਆਰ ਕਾਕੀ ਦੀ ਦਰਗਾਹ ਵਿੱਚ ਲਿਆਂਦਾ ਗਿਆ। ਹੁਣ ਤੁਸੀਂ ਆਖੋਗੇ ਵੀ ਬਾਕੀ ਸਾਥੀ ਜੇ ਕੋਤਵਾਲੀ ਸ਼ਹੀਦ ਕੀਤੇ ਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉੱਥੇ ਸ਼ਹੀਦ ਕਿਉਂ ਨਹੀਂ ਕੀਤਾ? ਬਖਤਿਆਰ ਕਾਕੀ ਦੀ ਦਰਗਾਹ ਕਿਉਂ ਚੁਣੀ ਗਈ? ਇਹਦਾ ਇੱਕ ਕਾਰਨ ਹੈ, ਦਰਬਾਰੇ ਕਾਜ਼ੀ ਦਾ ਇਹ ਮੰਨਣਾ ਸੀ ਬਹਾਦਰ ਸ਼ਾਹ ਦੀ ਮੌਤ ਦਾ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਦੇ ਡਰ ਤੋਂ ਸਹਿਮ ਜਾਣਾ ਸੀ, ਡਿਪਰੈਸਡ ਹੋ ਗਿਆ, ਚਿੰਤਾ ਤੁਰ ਹੋ ਗਿਆ। ਉਹਦੀ ਰੂਹ ਨੂੰ ਸਕੂਨ ਫਿਰ ਹੀ ਮਿਲ ਸਕਦਾ ਹੈ ਅਗਰ ਬੰਦਾ ਸਿੰਘ ਬਹਾਦਰ ਨੂੰ ਬਹਾਦਰ ਸ਼ਾਹ ਦੀ ਕਬਰ ਸਾਹਮਣੇ ਕਤਲ ਕੀਤਾ ਜਾਵੇ। ਤੋ ਇਸ ਕਰਕੇ ਬਖਤਿਆਰ ਕਾਕੀ ਦੀ ਦਰਗਾਹ ਵਿੱਚ ਸਾਰੇ ਸਿੰਘਾਂ ਨੂੰ ਲਿਜਾਇਆ ਗਿਆ। ਵਿਚਕਾਰ ਬੰਦਾ ਸਿੰਘ ਬਹਾਦਰ ਪਿੰਜਰੇ 'ਚ ਕੈਦ ਬੈਠਾ ਹੈ, ਸਾਹਮਣੇ ਫਰਕਸੀਅਰ ਬਾਦਸ਼ਾਹ ਦਾ ਤਖ਼ਤ ਲਾਇਆ ਗਿਆ। ਮੁਖੀਏ ਸਾਥੀ ਬਾਬਾ ਬਾਜ ਸਿੰਘ, ਫਤਿਹ ਸਿੰਘ, ਅਲੀ ਸਿੰਘ ਵਰਗੇ ਸੂਰਮੇ ਸ਼ਹੀਦ ਕੀਤੇ ਗਏ। ਬਾਬਾ ਬੰਦਾ ਸਿੰਘ ਬਹਾਦਰ ਨੇ ਨਾ ਅੱਖਾਂ ਬੰਦ ਕਰ ਲਈਆਂ। ਫਰਕਸੀਅਰ ਕਹਿੰਦਾ ਕੀ ਗੱਲ ਬੰਦਾ ਸਿੰਘ, ਸਾਥੀਆਂ ਦੀ ਮੌਤ ਵੇਖੀ ਨਹੀਂ ਗਈ? ਜਦੋਂ ਗੈਰਾਂ ਨੂੰ ਕੋਹ ਕੋਹ ਕੇ ਮਾਰਦਾ ਸੈਂ, ਉਦੋਂ ਤੇ ਅੱਖਾਂ ਬੰਦ ਨਾ ਹੋਈਆਂ? ਬੰਦਾ ਸਿੰਘ ਬਹਾਦਰ ਦਾ ਜਵਾਬ ਸੀ, ਬਾਦਸ਼ਾਹ ਮੈਂ ਅੱਖਾਂ ਮੀਟ ਕੇ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਅਰਦਾਸ ਕਰ ਰਿਹਾ ਸੀ, ਮਹਾਰਾਜ ਤੂੰ ਮੈਨੂੰ ਖਾਲਸਾ ਪੰਥ ਦਾ ਮੁੱਖ ਜਰਨੈਲ ਥਾਪਿਆ ਸੀ ਔਰ ਮੇਥੋਂ ਸੇਵਾ ਲਈ, ਖਾਲਸਾਈ ਨਿਸ਼ਾਨ ਮੈਂ ਸਤਲੁਜ ਤੋਂ ਲੈ ਕੇ ਜਮਨਾ ਤਾਈਂ ਪ੍ਰਫੁੱਲਤ ਕਰ ਦਿੱਤਾ, ਮੈਨੂੰ ਤੂੰ ਸਿੱਖ ਜਗਤ ਦਾ ਪਹਿਲਾ ਬੇਤਾਜ ਬਾਦਸ਼ਾਹ ਬਣਾਇਆ। ਆ ਜਿਹੜੇ ਮੇਰੇ ਸਾਥੀ ਨੇ ਇਹਨਾਂ ਦਾ ਅਹੁਦਾ ਮੇਰੇ ਨਾਲੋਂ ਛੋਟਾ ਸੀ ਫੌਜ ਵਿੱਚ, ਪਰ ਇਹਨਾਂ ਦੀ ਸ਼ਹੀਦੀ ਮੇਥੋਂ ਪਹਿਲਾਂ ਹੋਈ, ਇਹਨਾਂ ਨੂੰ ਤੇਰੀ ਗੋਦ ਬਾਪੂ ਮੇਥੋਂ ਪਹਿਲਾਂ ਮਿਲ ਗਈ, ਮੇਰੇ ਕੋਲੋਂ ਕੋਈ ਗਲਤੀ ਹੋਈ ਹੈ, ਮੈਨੂੰ ਸ਼ਹੀਦੀ ਦਾ ਰੁਤਬਾ ਇਹਨਾਂ ਨਾਲੋਂ ਪਹਿਲਾਂ ਕਿਉਂ ਨਹੀਂ ਮਿਲਿਆ?
ਫਰਕਸੀਅਰ ਦੀਆਂ ਉਂਗਲਾਂ ਮੂੰਹ ਵਿੱਚ ਪੈ ਗਈਆਂ ਵੀ ਇੰਨਾ ਕਾਲਾ ਹੈ ਮੌਤ ਲਈ। ਕਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਫਰਜ਼ੰਦ ਅਜੈ ਸਿੰਘ ਬਾਬਤ ਸੋਚਿਓ, ਝੋਲੀ ਵਿੱਚ ਪਾਇਆ ਗਿਆ ਬੰਦਾ ਸਿੰਘ ਬਹਾਦਰ ਦੇ, ਤੇ ਬਾਦਸ਼ਾਹ ਫਰਕਸੀਅਰ ਆਖਣ ਲੱਗਾ ਵੀ ਜੇ ਆਪਣੀ ਜ਼ਿੰਦਗੀ ਚਾਹੀਦੀ ਹੈ ਬੰਦਾ ਸਿੰਘ ਤੇ ਹੱਥੀਂ ਆਪਣੇ ਪੁੱਤਰ ਅਜੈ ਸਿੰਘ ਦਾ ਕਤਲ ਕਰ, ਤੈਨੂੰ ਬਖਸ਼ ਦੇਵਾਂਗੇ। ਬੰਦਾ ਸਿੰਘ ਬਹਾਦਰ ਦਾ ਜਵਾਬ ਸੀ, ਬਾਦਸ਼ਾਹ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ, ਮਾਸੂਮ ਤੇ ਮਜ਼ਲੂਮ ਤੇ ਸਿੱਖ ਵਾਰ ਨਹੀਂ ਕਰਦਾ, ਮੇਰੇ ਪੁੱਤਰ ਦੀ ਜਗ੍ਹਾ ਬਾਦਸ਼ਾਹ ਤੇਰਾ ਪੁੱਤਰ ਵੀ ਮੇਰੀ ਗੋਦ ਵਿੱਚ ਹੋਵੇ ਤੇ ਮੈਂ ਦੁਸ਼ਮਣ ਦੇ ਪੁੱਤਰ ਦਾ ਵੀ ਕਤਲ ਨਾ ਕਰਾਂ, ਕਿਉਂਕਿ ਨਾਬਾਲਗ ਹੈ, ਇਹਦਾ ਕਸੂਰ ਕੋਈ ਨਹੀਂ। ਬਾਦਸ਼ਾਹ ਕਹਿੰਦਾ ਅਜੈ ਸਿੰਘ ਦਾ ਕਤਲ ਤੇ ਹੋਵੇਗਾ, ਤੂੰ ਨਹੀਂ ਕਰਦਾ ਤੇ ਸਾਡੇ ਹੱਥੋਂ। ਜੱਲਾਦ ਨੂੰ ਹੁਕਮ ਹੋਇਆ ਅਜੈ ਸਿੰਘ ਨੂੰ ਪੱਟਾਂ ਤੇ ਪਾ ਕੇ ਛੁਰੇ ਦੇ ਨਾਲ ਸੀਨਾ ਚੀਰਿਆ ਗਿਆ। ਤਿੰਨਾਂ ਚੌਹਾਂ ਵਰਿਆਂ ਦੇ ਬਾਲਕ ਦਾ ਕਲੇਜਾ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਧੱਕੇ ਨਾਲ ਤੁੰਨਿਆ ਗਿਆ। ਸਰੀਰ ਦਾ ਲਹੂ ਚਿਹਰੇ ਤੇ ਮਲਿਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਫਿਰ ਬੰਦ ਨੇ। ਫਰਕਸੀਅਰ ਫਿਰ ਪੁੱਛਦਾ ਹੈ, ਕਿਉਂ ਬੰਦਾ ਸਿੰਘ, ਪੁੱਤਰ ਦੀ ਮੌਤ ਵੇਖਣ ਦੀ ਹਿੰਮਤ ਨਹੀਂ ਲੱਗਦੀ? ਕਹਿੰਦੇ ਨਹੀਂ ਫਰਕਸੀਅਰ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ੁਕਰ ਮਨਾ ਰਿਹਾ, ਉਹਨਾਂ ਨੇ ਧਰਮ ਦੀ ਪੰਥ ਦੀ ਝੋਲੀ ਚਾਰ ਲਾਲ ਪਾਏ ਤੇ ਅੱਜ ਮੇਰਾ ਲਾਲ ਵੀ ਪੰਥ ਦੀ ਝੋਲੀ ਪੈ ਗਿਆ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਬੂਲ ਕਰ ਲਿਆ ਹੈ। ਇਹ ਵੱਡਾ ਹੁੰਦਾ, ਕੱਲ ਕਿਧਰੇ ਲਾਲਚ ਵਸ ਸਿੱਖ ਧਰਮ ਛੱਡ ਜਾਂਦਾ ਤੇ ਕੁੱਲਾਂ ਨੂੰ ਉਲਾਮਾ ਮਿਲਦਾ, ਅੱਜ ਸ਼ਹਾਦਤ ਦੀ ਅਵਧੀ ਪਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦਾ ਫੁਰਮਾਨ ਹੈ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤਉ ਆਉ ਹਮਾਰਾ ਪਾਸ। ਦੋ ਤਰ੍ਹਾਂ ਦਾ ਮਰਨਾ ਕਬੂਲ ਹੈ ਗੁਰੂ ਘਰ। ਗੁਰੂ ਪਰਮੇਸ਼ਰ ਦੀ ਗੋਦ ਉਹਨੂੰ ਮਿਲਦੀ ਹੈ ਜਿਹਨੇ ਮਨ ਮਾਰ ਲਿਆ ਹੈ, ਜਿਹੜਾ ਸੰਤੋ ਨਿਬੜਿਆ ਹੈ, ਤੇ ਜਾਂ ਜਿਹਨੇ ਤਨ ਵਾਰ ਦਿੱਤਾ ਸ਼ਹੀਦ ਹੋ ਨਿਬੜਿਆ ਹੈ। ਬਾਕੀ ਵਾਧੂ ਦੀ ਭੀੜ ਹੈ, ਆਉਂਦੇ ਜਾਂਦੇ ਰਹਿਣਗੇ ਦੁਨੀਆਂ ਤੇ। ਹੰਕਾਰ ਰੂਪੀ ਸਿਰ ਵੱਢਣ ਵਾਲਾ ਕਬੂਲ ਹੈ, ਪ੍ਰਤੱਖ ਮਜ਼ਹਬ ਲਈ ਸਿਰ ਦੇਣ ਵਾਲਾ ਕਬੂਲ ਹੈ, ਉਹੀ ਗੁਰਾਂ ਦੀ ਗੋਦ ਵਿੱਚ ਬਹਿੰਦਾ ਹੈ। ਪੁੱਤਰ ਦਾ ਕਤਲ ਵੀ ਤੱਕਿਆ, ਮੁਖੀਏ ਜਰਨੈਲਾਂ ਦਾ ਕਤਲ ਵੀ ਤੱਕਿਆ, ਧੰਨ ਜਿਗਰਾ ਬਾਬਾ ਬੰਦਾ ਸਿੰਘ ਬਹਾਦਰ ਦਾ, ਸ਼ਾਂਤ ਨੇ, ਅਡੋਲ ਨੇ। ਖਾਨ ਬਹਾਦਰ ਪੁੱਛਦਾ ਹੈ, ਬੰਦਾ ਸਿੰਘ ਬਹਾਦਰ ਤੈਨੂੰ ਕਿਸ ਤਰ੍ਹਾਂ ਦੀ ਮੌਤ ਚਾਹੀਦੀ ਹੈ?
ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਵਾਬ ਦਿੱਤਾ ਸੀ, ਜੇ ਤੂੰ ਮੇਰਾ ਸਬਰ ਪਰਖਣਾ ਹੈ, ਤੂੰ ਆਪਣੇ ਜ਼ੁਲਮ ਦੀ ਹੱਦ ਪਰਖ ਲੈ, ਜਿੰਨਾ ਤਸ਼ੱਦਦ ਕਰ ਸਕਦੇ ਹੋ ਕਰ ਲਓ। ਇਹ ਗੁਰੂ ਗੋਬਿੰਦ ਸਿੰਘ ਦਾ ਬੰਦਾ ਹੈ, ਗੁਲਾਮ ਹੈ, ਡੋਲੇਗਾ ਨਹੀਂ, ਇਹਨੂੰ ਗੁਰੂ ਗੋਬਿੰਦ ਸਿੰਘ ਦਾ ਆਸਰਾ ਹੈ। ਤੇ ਜਿਨ੍ਹਾਂ ਨੂੰ ਖੁਦ ਖੁਦਾ ਦਾ ਆਸਰਾ ਹੁੰਦਾ ਉਹ ਕਦੇ ਡੋਲਦੇ ਨਹੀਂ। ਅਖੀਰ ਬਾਬਾ ਬੰਦਾ ਸਿੰਘ ਬਹਾਦਰ ਦੀ ਇੱਕ ਅੱਖ ਕੱਢੀ, ਫਿਰ ਦੂਜੀ ਅੱਖ ਕੱਢੀ, ਇੱਕ ਇੱਕ ਕਰਕੇ ਲੱਤਾਂ ਬਾਹਾਂ ਵੱਢੀਆਂ ਗਈਆਂ, ਤਪਦੇ ਹੋਏ ਨਸੂਰਾਂ ਦੇ ਨਾਲ ਸਰੀਰ ਦਾ ਮਾਸ ਨੋਚਿਆ ਗਿਆ ਤੇ ਬੰਦਾ ਸਿੰਘ ਬਹਾਦਰ ਅਡੋਲ ਚੌਂਕੜਾ ਲਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਯਾਦ ਕਰਦਾ, ਚੇਤ ਸੁਧੀ ਇੱਕ ਸੰਮਤ 1773 ਬਿਕਰਮੀ ਸ਼ਹਾਦਤ ਦੀ ਅਵਧੀ ਪਾ ਗਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛੋ ਵੀ ਇਹ ਕੈਸੀ ਹਸਤੀ ਹੈ, ਕਿਹੜੀ ਪੇਨ ਕਿਲਰ ਖਾਧੀ ਹੈ, ਇਹਨੂੰ ਦਰਦ ਨਹੀਂ ਹੁੰਦਾ, ਇਹ ਡੋਲਦਾ ਨਹੀਂ ਹੈ। ਗੁਰਦੇਵ ਇਹ ਬਚਨ ਕਰਦੇ ਨੇ, ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੇਤ, ਗੁਰੂ ਨਾਨਕ ਦੀ ਜੋਤ, ਦਸੋ ਪਾਤਸ਼ਾਹੀਆਂ ਦਾ ਜਾਮਾ, ਜਿਹਦੀ ਪਿੱਠ ਪਿੱਛੇ ਖਲੋ ਜਾਂਦਾ ਹੈ ਉਹਦੇ ਜੀਵਨ ਵਿੱਚ ਦੁੱਖ ਨਹੀਂ ਰਹਿੰਦਾ, ਕੱਟਿਆ ਜਾਂਦਾ ਹੈ। ਤੇ ਜੇ ਦੁੱਖ ਆ ਵੀ ਜਾਵੇ ਤੇ ਉਹਨੂੰ ਕੰਡਿਆਂ ਵਾਲੀ ਸੇਰ ਵੀ ਮਖਮਲੀ ਲੱਗਦੀ ਹੈ, ਬਾਣੀ ਐਸੀ ਪੇਨ ਕਿਲਰ ਹੈ। ਗੁਰ ਪਰਮੇਸ਼ਰ ਸੇਵਿਆ ਭੈ ਭੰਜਨ ਦੁੱਖ ਲੱਥ, ਗੁਰੂ ਪਰਮੇਸ਼ਰ ਦੀ ਜਿਹੜੇ ਉਪਾਸ਼ਨਾ ਕਰਦੇ ਨੇ ਨਾ ਭੈ ਹੀ ਰਹਿੰਦਾ ਕਿਸੇ ਦਾ, ਡਰਦੇ ਨਹੀਂ ਕਿਸੇ ਤੋਂ, ਨਾ ਦੁੱਖ ਹੀ ਦੁੱਖ ਹੋ ਕੇ ਲੱਗਦਾ ਹੈ ਉਹਨਾਂ ਨੂੰ। ਪਰ ਜਿਹੜੀਆਂ ਸ਼ਹੀਦੀਆਂ ਹੋਈਆਂ ਨਾ ਦਿੱਲੀ ਵਿੱਚ, ਇੱਕ ਲੋਰੈਂਸ ਹੈਨਰੀ ਵਿਦਵਾਨ ਹੈ, ਉਹਨੇ ਉਹ ਅੱਖੀਂ ਵਾਰਦਾਤ ਵੇਖੀ ਹੈ। ਉਹ ਅੰਗਰੇਜ਼ੀ 'ਚ ਲਿਖਦਾ ਹੈ ਕਿਉਂਕਿ ਅੰਗਰੇਜ਼ ਹੈ। ਇਟ ਸੀਮਸ ਐਸ ਦੋ ਐਵਰੀ ਜੀਸਸ ਕ੍ਰਾਈਸਟ ਇਜ਼ ਬੀਂਗ ਕਰੂਸੀਫਾਈਡ ਫੋਰ ਦੇਅਰ ਫੇਥ। ਕਹਿੰਦਾ ਉਹ ਜਿੰਨੇ ਕਤਲ ਹੋਏ ਮੈਨੂੰ ਇੰਜ ਜਾਪਿਆ ਜਿਵੇਂ ਜੀਸਸ ਕ੍ਰਾਈਸਟ ਆਪਣੇ ਧਰਮ ਲਈ ਕਤਲ ਹੋ ਰਿਹਾ ਹੋਵੇ। ਔਰ ਇੱਥੇ ਇੱਕ ਜੀਸਸ ਕ੍ਰਾਈਸਟ ਕਤਲ ਹੋਇਆ ਹੈ ਕ੍ਰਿਸਚੈਨਿਟੀ 'ਚ, ਤੇ ਸਿੱਖਾਂ ਕੋਲ 10 ਲੱਖ ਦੇ ਇਰਦ ਗਿਰਦ ਜੀਸਸ ਕ੍ਰਾਈਸਟ ਨੇ ਜਿਹਨਾਂ ਧਰਮ ਲਈ ਸਿਰ ਦਿੱਤਾ ਹੈ। ਲਿਖਣਾ ਪਿਆ ਅੰਗਰੇਜ਼ਾਂ ਨੂੰ, ਕਹਿੰਦੇ ਅਸੀਂ ਇੱਕ ਦੀ ਸ਼ਹੀਦੀ ਤੇ ਮਾਣ ਕਰਦੇ ਹਾਂ ਦਿੱਲੀ ਵਿੱਚ, ਕਹਿੰਦੇ ਅੱਖਾਂ ਨਾਲ ਮੈਂ ਸੈਂਕੜੇ ਜੀਸਸ ਕ੍ਰਾਈਸਟ ਸ਼ਹੀਦ ਹੁੰਦੇ ਵੇਖੇ ਨੇ। ਬਾਬਾ ਬੰਦਾ ਸਿੰਘ ਬਹਾਦਰ ਦੁਨੀਆ ਦਾ ਪਹਿਲਾ ਬਾਦਸ਼ਾਹ ਫੌਜੀ ਜਰਨੈਲ ਸਮਝ ਲਓ ਜਿਹਨੇ ਆਪਣੇ ਪੁੱਤਰ ਦੇ ਕਲੇਜੇ ਦਾ ਸਵਾਦ ਚੱਖਿਆ। ਮਹਾਨ ਕੌਮੀ ਜਰਨੈਲ, ਮਹਾਨ ਗੁਰਸਿੱਖ, ਯੁੱਧ ਜਿੱਤਣ ਵਾਲਾ ਬਾਦਸ਼ਾਹ ਬਣ ਕੇ ਵੀ ਸਿੱਖੀ ਆਦਰਸ਼ਾਂ ਤੋਂ ਮੂੰਹ ਨਹੀਂ ਮੋੜਿਆ।
ਨਹੀਂ ਤੇ ਚਾਰ ਪੈਸੇ ਆ ਜਾਣ, ਬੰਦਾ ਲੀਡਰ ਬਣ ਜਾਵੇ ਧਰਮ ਨੂੰ ਪਿੱਠ ਦੇ ਜਾਂਦਾ ਹੈ। ਔਰ ਖਾਲਸਾ ਪੰਥ ਦੇ ਮਹਾਨ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਆਪਣਾ ਨਾਂ ਦਰਜ ਕਰਵਾ ਲਿਆ। ਕਬੀਰ ਜੀ ਦਾ ਸਲੋਕ ਬੜਾ ਸੋਹਣਾ ਢੁਕਦਾ ਇਸ ਸੂਰਮੇ ਤੇ, ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੈ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਇੱਕ ਅਮਰਨਾਮਾ ਮਿਲਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ, ਫਾਰਸੀ ਦੀ ਰਚਨਾ ਹੈ। ਮੈਂ ਇੱਕ ਗੱਲ ਕਲੀਅਰ ਕਰ ਦੇਵਾਂ, ਜਿਹੜੇ ਕਹਿ ਦਿੰਦੇ ਨਾ ਨਹੀਂ ਜੀ ਬੰਦਾ ਸਿੰਘ ਬਹਾਦਰ ਨੇ ਅੰਮ੍ਰਿਤ ਨਹੀਂ ਛਕਿਆ, ਉਹ ਮਾਧੋ ਦਾਸ ਸੀ, ਉਹ ਵੈਰਾਗੀ ਸੀ, ਉਹ ਹਿੰਦੂ ਹੀ ਰਿਹਾ। ਉਹਨਾਂ ਨੂੰ ਜਵਾਬ ਬੰਦਾ ਸਿੰਘ ਬਹਾਦਰ ਨੇ ਖੁਦ ਦਿੱਤਾ ਹੈ। ਸਰੇ ਇੱਕ ਤੇ ਦਾਏ ਹਨੂਦਾ ਮਦਾਰ, ਜੇ ਮਾਬੂਦ ਮਨਬਾਸ ਉਮੀਦਵਾਰ। ਕਹਿੰਦਾ ਮੈਂ ਹਿੰਦੂਆਂ ਦੇ ਰਾਹ ਤੇ ਚੱਲਣ ਦਾ ਖਿਆਲ ਵੀ ਨਹੀਂ ਕੀਤਾ ਤੇ ਤੁਸੀਂ ਵੀ ਨਾ ਕਰੋ, ਭਾਵ ਮੈਂ ਮੂਰਤੀ ਪੂਜਕ ਨਹੀਂ ਆ, ਮੈਂ ਇੱਕ ਅਕਾਲ ਪੁਰਖ ਅਤੇ ਉਹਦੇ ਸਰਗੁਣ ਸਰੂਪ ਗੁਰੂ ਗੋਬਿੰਦ ਸਿੰਘ ਦਾ ਪੁਜਾਰੀ ਆ। ਬਾਹ ਪੀਸ਼ ਸਹੇ ਬੰਦਗੀ ਦਾਸ਼ਮਤ, ਕਿ ਜੋ ਕੁਦਰਤੋ ਅਜ਼ਮਤੇ ਯਾਫਤਮ। ਸਰਬ ਸ਼ਕਤੀਮਾਨ ਪ੍ਰਭੂ ਗੁਰੂ ਪਰਮੇਸ਼ਰ, ਮੈਂ ਉਹਨਾਂ ਦੀ ਬੰਦਗੀ ਵਿੱਚ ਸਿਰ ਨਿਵਾਉਂਦਾ ਹਾਂ, ਉਹਨਾਂ ਹੀ ਮੈਨੂੰ ਮਾਣ ਵਡਿਆਈ ਤਾਕਤ ਦਿੱਤੀ ਹੈ, ਮੈਂ ਹੋਰ ਕਿਸੇ ਅੱਗੇ ਨਹੀਂ ਝੁਕਦਾ। ਕਿਵੇਂ ਤੁਸੀਂ ਕਹਿ ਸਕਦੇ ਹੋ ਵੀ ਉਹ ਵੈਰਾਗੀ ਰਿਹਾ, ਉਹ ਤੇ ਸਿੱਧਾ ਖੰਡਨ ਕਰ ਰਿਹਾ ਹੈ। ਚਲੋ ਮੰਨ ਲਓ ਜੇ ਵੈਰਾਗੀ ਹੁੰਦਾ, ਜਿਸ ਦਿਨ ਉਹਨੇ ਖਾਲਸਾਈ ਰਾਜ ਦਾ ਸਿੱਕਾ ਤੇ ਮੋਹਰ ਜਾਰੀ ਕੀਤੀ ਹੈ, ਹਿੰਦੂ ਹੋਣ ਦੇ ਨਾਤੇ ਮੋਹਰ ਤੇ ਸਿੱਕੇ ਤੇ ਫਿਰ ਜਿਹੜੀ ਲਿਖਤ ਹੋਣੀ ਸੀ, ਹਿੰਦੂ ਵੀਰਾਂ ਦਾ ਇਸ਼ਟ ਸ਼੍ਰੀ ਰਾਮ ਚੰਦਰ ਮਹਾਰਾਜ ਨੇ, ਸ਼੍ਰੀ ਕ੍ਰਿਸ਼ਨ ਜੀ ਨੇ, ਉਹਨਾਂ ਦਾ ਜ਼ਿਕਰ ਚਾਹੀਦਾ ਸੀ। ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾਈ ਨਿਸ਼ਾਨ ਝੁਲਾ ਕੇ ਜਦੋਂ ਨਾਨਕ ਸ਼ਾਹੀ ਸਿੱਕਾ ਤੇ ਮੋਹਰ ਜਾਰੀ ਕੀਤੀ, ਉਹਨਾਂ ਦੇ ਉੱਤੇ ਜੋ ਇਬਾਰਤ ਹੈ ਉਹ ਪੜ੍ਹਿਓ ਕੀ ਹੈ। ਫਾਰਸੀ ਦੇ ਵਿੱਚ ਸਿੱਕੇ ਦੇ ਉੱਤੇ ਲਿਖਿਆ ਹੈ, ਸਿੱਕਾ ਜ਼ਦਬਰ ਹਰ ਦੋ ਆਲਮ ਤੇਗ ਨਾਨਕ ਵਾਹ ਬਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹ, ਫਜ਼ਲੇ ਸੱਚਾ ਸਾਹਿਬ ਅਸਤ। ਸੱਚਾ ਪਾਤਸ਼ਾਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨੂੰ ਲਿਖਿਆ ਉਹਨੇ ਸਿੱਕੇ ਦੇ। ਦੂਜੇ ਬੰਨੇ ਲਿਖਿਆ ਹੈ, ਜ਼ਰਬ ਬਾ ਅਮਾਨੁ ਦਹਿਰ ਮੁਸਵਰਤ, ਸ਼ਹਿਰ ਜ਼ਨਤ ਤਖਤ ਮੁਬਾਰਕ ਬਖਤ। ਹੁਣ ਆ ਜਾਓ ਮੋਹਰ ਤੇ ਕੀ ਲਿਖਿਆ ਹੈ, ਦੇਗੋ ਤੇਗੋ ਫਤਿਹੋ ਨੁਸਰਤ ਬੇਦ ਰੰਗ, ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਮੋਹਰ ਵੀ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇ ਨਾਮ ਦੀ ਹੈ। ਤੁਸੀਂ ਕਿੱਦਾਂ ਕਹਿ ਦਿੱਤਾ ਵੈਰਾਗੀ ਰਿਹਾ, ਹਿੰਦੂ ਰਿਹਾ? ਨਹੀਂ, ਹਿੰਦੂ ਸੀ, ਖੰਡੇ ਦੀ ਪੌਲ ਛੱਕ ਕੇ ਗੁਰਬਖਸ਼ ਸਿੰਘ ਬਣਿਆ।
ਪ੍ਰਫੁੱਲਤ ਨਾਮ ਬੰਦਾ ਸਿੰਘ ਬਹਾਦਰ ਰਿਹਾ। ਉਹ ਸਮਾਂ ਸੀ ਸਿੱਖਾਂ ਦਾ, ਸਾਡੇ ਕੋਲ ਮੁਲਕ ਵੀ ਆਪਦਾ, ਤਖਤ ਵੀ ਆਪਦਾ, ਰਾਜਧਾਨੀ ਵੀ ਆਪਦੀ, ਸਿੱਕਾ ਵੀ ਆਪਦਾ, ਮੋਹਰ ਵੀ ਆਪਦੀ, ਝੰਡੇ ਵੀ ਆਪਦੇ, ਫੌਜ ਵੀ ਆਪਦੀ, ਤੇ ਬਾਦਸ਼ਾਹ ਵੀ ਸਾਡਾ ਆਪਦਾ ਸੀ। ਕਦੇ ਪੜ੍ਹਨਾ ਹੋਇਆ ਨਾ, ਵੀਲਰ ਦੀ ਰਚਨਾ ਅਰਲੀ ਰੈਕਰਡ ਆਫ ਬ੍ਰਿਟਿਸ਼ ਇੰਡੀਆ ਪੜ੍ਹਿਓ, ਖਾਫੀ ਖਾਨ ਨੂੰ ਪੜ੍ਹਿਓ, ਮੁਹੰਮਦ ਹੁਸੈਨ ਦੀ ਰਚਨਾ ਪੜ੍ਹ ਲਿਓ, ਤੁਹਾਨੂੰ ਪਤਾ ਲੱਗੇਗਾ ਖਾਲਸੇ ਦਾ ਜਾਹੋ ਜਲਾਲ ਕੀ ਸੀ, ਐਸੀਆਂ ਐਸੀਆਂ ਅਡੋਲ ਹਸਤੀਆਂ ਕਿਵੇਂ ਬਣ ਗਈਆਂ, ਗੁਲਾਮ ਲੋਕ ਰਾਜੇ ਕਿਵੇਂ ਬਣ ਗਏ। ਪੂਰਾ ਸਤਿਗੁਰ ਸਹਿਜ ਸਮਾਵੈ, ਇਹ ਮਨ ਡੋਲਤ ਤਉ ਠਹਿਰਾਵੈ। ਜਿੱਡਾ ਮਰਜ਼ੀ ਮਨ ਡੁਲਾਏ ਮਨ ਹੋਵੇ, ਜਦੋਂ ਪੂਰੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਮਿਲਦਾ ਹੈ, ਬੰਦਾ ਡੋਲਦਾ ਨਹੀਂ ਹੈ। ਤੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਇੱਥੇ ਕਹਿੰਦੇ ਨੇ, ਜਿਨ੍ਹਾਂ ਨੂੰ ਗੁਰੂ ਪਰਮੇਸ਼ਰ ਪੂਰਿਆਂ ਕਰ ਦਿੰਦਾ ਹੈ, ਸ਼ੁਭ ਗੁਣਾਂ ਸਹਿਤ ਕਰ ਦਿੰਦਾ ਹੈ, ਉਹ ਕਦੇ ਵੀ ਡੋਲਦੇ ਨਹੀਂ। ਅੱਗੇ ਮਹਾਰਾਜ ਕਹਿੰਦੇ ਨੇ, ਦਿਨ ਦਿਨ ਚੜ੍ਹੈ ਸਵਾਇਆ, ਨਾਨਕ ਹੋਤ ਨਾ ਘਾਟ। ਸਵਾਇਆ ਕੀ ਹੁੰਦਾ ਹੈ? ਇੱਕ ਤੇ ਨਾਲ ਇੱਕ ਦਾ ਚੌਥਾ ਹਿੱਸਾ, ਸਵਾ, ਇਹਦਾ ਭਾਵ ਲਿਆ ਜਾਂਦਾ ਵੱਧ ਤੋਂ ਵੱਧ, ਅਧਿਕ। ਜਿਹੜੇ ਗੁਰੂ ਪਰਮੇਸ਼ਰ ਨੇ ਪੂਰੇ ਕੀਤੇ ਨੇ ਉਹਨਾਂ ਦੀ ਮਹਿਮਾ ਸਵਾਈ ਹੁੰਦੀ ਹੈ, ਰੋਜ਼ ਵੱਧਦੀ ਜਾਂਦੀ ਹੈ, ਕਦੇ ਘਟਦੀ ਨਹੀਂ। ਉਹਨਾਂ ਦੇ ਨਾਮ ਦਾ ਖਜ਼ਾਨਾ ਵੀ ਵੱਧਦਾ ਜਾਂਦਾ ਹੈ, ਦੁਨਿਆਵੀ ਪਦਾਰਥ ਵੀ ਉਹਨਾਂ ਦੀ ਝੋਲੀ ਵੱਧਦੇ ਜਾਂਦੇ ਨੇ, ਸਰੀਰ ਨਾਮ ਹੀ ਰਵੇ ਉਹਨਾਂ ਦਾ, ਨਾਮਣਾ ਦੁਨੀਆਂ ਤੇ ਵੱਧਦਾ ਜਾਂਦਾ ਹੈ। ਗੁਰਪੂਰੈ ਦਾਨ ਦੀਆ ਹਰ ਨਿਹਚਲ, ਨਿਤ ਬਖਸ਼ੈ ਚੜ੍ਹੈ ਸਵਾਇਆ। ਕੋਈ ਨਿੰਦਕ ਵਡਿਆਈ ਦੇਖ ਨਾ ਸਕੈ, ਸੋ ਕਰਤੈ ਆਪ ਪਚਾਇਆ। ਗੁਰੂ ਦੇ ਪਿਆਰਿਆਂ ਦੀ ਵਡਿਆਈ ਨਿਤ ਪ੍ਰਫੁੱਲਤ ਹੁੰਦੀ ਹੈ। ਜੇ ਕੋਈ ਨਿੰਦਕ ਨਿੰਦਾ ਕਰੇ, ਪਚ ਜਾਏਗਾ, ਖਪ ਜਾਏਗਾ, ਮਿਟ ਜਾਏਗਾ, ਗੁਰੂ ਦੇ ਪਿਆਰਿਆਂ ਦੀ ਵਡਿਆਈ ਨਹੀਂ ਘਟਦੀ। ਜਦੋਂ ਕਦੇ ਮਿੱਟੀ ਚ ਰੁਲਦਿਆਂ ਨੂੰ ਤਖਤ ਮਿਲਦਾ ਹੈ, ਜਾਂ ਜਿਨ੍ਹਾਂ ਨੂੰ ਪੁੱਛਦਾ ਕੋਈ ਨਹੀਂ ਹੈ ਉਹਨਾਂ ਅੱਗੇ ਲੋਕਾਈ ਹੱਥ ਜੋੜ ਕੇ ਖਲੋ ਜਾਵੇ, ਤੇ ਆਪਦੇ ਤੇ ਮਾਣ ਨਾ ਕਰਿਓ, ਆਹ ਸ਼ਬਦ ਪੜ੍ਹਿਆ ਕਰੋ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮਹਰ ਜਾਣ ਹੋਆ ਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਸਾਨੂੰ ਕਿਹਨੇ ਪੁੱਛਣਾ ਸੀ, ਕੀੜਿਆਂ ਵਾਂਗ ਰੁਲਦੇ ਸਾਂ। ਇਹ ਵਡਿਆਈ ਬਰਕਤਾਂ ਤਖਤੋ ਤਾਜ, ਇਹ ਗੁਰੂ ਪਰਮੇਸ਼ਰ ਦੇ ਬਖਸ਼ੇ ਹੋਏ ਨੇ। ਕਿਹੜਾ ਗੁਰੂ ਪਰਮੇਸ਼ਰ? ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿੱਤ ਮਿਲਿਆ ਚੂਕੈ ਸਭ ਸੋਗ ਸੰਤਾਪੇ। ਜਿਹੜਾ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਦੀ ਸ਼ਰਨ ਆਉਂਦਾ ਹੈ, ਉਹਦੇ ਜੀਵਨ ਚ ਸੰਤਾਪ ਨਹੀਂ ਰਹਿੰਦਾ, ਰੋਗ ਨਹੀਂ ਰਹਿੰਦਾ, ਸੋਗ ਨਹੀਂ ਰਹਿੰਦਾ। ਵੱਡੀ ਵਡਿਆਈ, ਗੁਰ ਸੇਵਾ ਤੇ ਪਾਏ ਨਾਨਕ ਨਾਮ ਰਤੇ ਹਰ ਨਾਮ ਸਮਾਏ। ਗੁਰੂ ਪਰਮੇਸ਼ਰ ਦੇ ਦਰ ਤੇ ਸੇਵਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਵਾਂਗੂ ਦੁਨੀਆਂ ਤੇ ਨਾਮ ਪ੍ਰਗਟ ਹੁੰਦਾ ਹੈ, ਨਾਮ ਪ੍ਰਫੁੱਲਤ ਹੁੰਦਾ ਹੈ।
ਅੱਗੇ ਗੁਰਦੇਵ ਫੁਰਮਾਨ ਕਰਦੇ ਨੇ, ਪੌੜੀ ਪੂਰਨਮਾ ਪੂਰਨ ਪ੍ਰਭ ਏਕ ਕਰਨ ਕਾਰਨ ਸਮਰੱਥ। ਵੇਖੋ ਪੂਰਨਮਾ, ਪੂਰਨਮਾਸ਼ੀ ਥਿਤ, ਜਿਸ ਦਿਨ ਚੰਦਰਮਾ ਪੂਰਾ ਨਜ਼ਰ ਆਉਂਦਾ ਹੈ, ਜਿਵੇਂ ਪੂਰਨਮਾ ਦਾ ਚੰਦ ਪ੍ਰਫੁੱਲਤ ਹੈ, ਗੁਰੂ ਪਰਮੇਸ਼ਰ ਤੇ ਉਹਦੇ ਪਿਆਰੇ ਹਰ ਗੁਣ ਵਿੱਚ ਪੂਰਨ ਨੇ ਤੇ ਉਹਨਾਂ ਦੀ ਚਮਕ ਵੀ ਐਸੀ ਹੈ, ਉਹਨਾਂ ਦੀ ਵਡਿਆਈ ਵੀ ਐਸੀ ਹੈ, ਔਰ ਉਹਨਾਂ ਨੂੰ ਪੂਰਿਆਂ ਕਰਨ ਵਾਲੇ ਗੁਰੂ ਪਰਮੇਸ਼ਰ ਸਮਰੱਥ ਨੇ। ਸਮਰੱਥ ਦਾ ਮਤਲਬ ਹੁੰਦਾ ਯੋਗ, ਲਾਇਕ, ਜੋ ਚਾਹੇ ਕਰ ਸਕਦੇ ਨੇ। ਗੁਰੂ ਪਰਮੇਸ਼ਰ ਹੀ ਸਮਰੱਥ ਹੈ, ਹੋਰ ਕੋਈ ਨਹੀਂ। ਸਾਰਿਆਂ 'ਚ ਕੋਈ ਨਾ ਕੋਈ ਕਮੀ ਹੁੰਦੀ ਹੈ, ਬੰਦੇ ਦੀ ਪਹੁੰਚ ਇੱਕ ਸੀਮਾ ਤੱਕ ਹੈ। ਰੋਜ਼ ਤੇ ਪੜ੍ਹਦੇ ਹੋ, ਨਰ ਚਾਹਤ ਕਛੇ ਔਰ, ਔਰੇ ਕੀ ਔਰੇ ਪਈ, ਬੰਦਾ ਜੋ ਚਾਹੁੰਦਾ ਕਿੱਥੇ ਹੁੰਦਾ, ਬੰਦੇ ਦੀ ਸਮਰੱਥਾ ਹੀ ਨਹੀਂ ਹੈ। ਪਰ ਜਿੱਥੇ ਗੁਰੂ ਪਰਮੇਸ਼ਰ ਦੀ ਗੱਲ ਆਉਂਦੀ ਹੈ, ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ, ਗੁਰੂ ਪਰਮੇਸ਼ਰ ਹਰ ਅਜ਼ਮਤ ਦੇ ਸਹਿਤ ਨੇ, ਪੂਰਨ ਨੇ, ਜੋ ਚਾਹੇ ਕਰ ਸਕਦੇ ਨੇ। ਅੱਗੇ ਮਹਾਰਾਜ ਕਹਿੰਦੇ ਨੇ ਜੀ ਜੰਤ ਦਇਆਲ ਪੁਰਖ ਸਭ ਉਪਰ ਜਾਂਕਾ ਹੱਥ। ਇਹ ਜਿੰਨੇ ਵੀ ਜੀਵ ਜੰਤੂ ਨੇ, 184 ਜੋਨ ਪਰਮਾਇਆ, 84 ਲੱਖ ਜੂਨਾਂ ਦਰਮਿਆਨ ਪਰਮਾਤਮਾ ਇਹਨਾਂ ਤੇ ਦਇਆ ਕਰਦਾ ਹੈ, ਦਿਆਲੂ ਹੈ, ਦ੍ਰਵੇ ਧਿਰਦਾ ਹੈ, ਸਾਰਿਆਂ ਤੇ ਤਰਸ ਕਰਦਾ ਹੈ। ਉਹ ਪੁਰਖ ਹੈ, ਪੁਰਸ਼ਾਰਥ ਦੇ ਸਹਿਤ ਹਰ ਜ਼ਰੇ ਵਿੱਚ ਸੰਪੂਰਨ ਹੈ, ਔਰ ਸਾਰਿਆਂ ਦੇ ਸਿਰ ਤੇ ਉਹਦਾ ਹੀ ਹੱਥ ਹੈ, ਉਹਦੀ ਹੀ ਕਿਰਪਾ ਨਾਲ ਤੁਸੀਂ ਪ੍ਰਫੁੱਲਤ ਹੋ, ਹਰੇ ਭਰੇ ਹੋ। ਹਰ ਇੱਕੋ ਮੇਰਾ ਦਾਤਾਰ ਹੈ, ਸਿਰ ਦਾਤਿਆਂ ਜਗ ਹੱਥ, ਹਰ ਇੱਕ ਸਹਿ ਦੀ ਮੈਂ ਟੇਕ ਹੈ, ਜੋ ਸਿਰ ਸਭਨਾ ਸਮਰੱਥ। ਦੁਨੀਆਂ ਤੇ ਜੇ ਕੋਈ ਦਾਤਾ ਬਣਿਆ ਬੈਠਾ ਹੈ ਨਾ, ਉਹ ਵੀ ਏਦਾਂ ਹੀ ਸਮਝੇ ਵੀ ਪਰਮੇਸ਼ਰ ਨੇ ਉਹਨੂੰ ਦਿੱਤਾ ਹੈ ਤੇ ਗਾਂ ਵੰਡ ਰਿਹਾ ਹੈ। ਉਹ ਵੀ ਪਹਿਰੇਦਾਰ ਹੀ ਹੈ, ਖਜ਼ਾਨਚੀ ਹੋ ਸਕਦਾ, ਖਜ਼ਾਨਿਆਂ ਦਾ ਮਾਲਕ ਗੁਰੂ ਨਾਨਕ ਵਾਹਿਗੁਰੂ ਹੀ ਹੈ। ਤੋ ਜਿੰਨੇ ਵੀ ਜੱਗ ਦੇ ਦਾਤੇ ਨੇ, ਸਾਰਿਆਂ ਦਾ ਦਾਤਾ ਗੁਰੂ ਪਰਮੇਸ਼ਰ ਹੈ, ਉਹਦੀ ਟੇਕ ਰਹੋ, ਉਹੀ ਸਮਰੱਥ ਹੈ, ਉਹਦੇ ਗੀਤ ਗਾਓ, ਉਹੀ ਝੋਲੀਆਂ ਭਰਨ ਵਾਲਾ ਹੈ। ਅੱਗੇ ਮਹਾਰਾਜ ਕਹਿੰਦੇ ਨੇ ਗੁਣ ਨਿਧਾਨ ਗੋਬਿੰਦ ਗੁਰ ਕੀਆ ਜਾਕਾ ਹੋਏ। ਗੁਣ ਕਹਿੰਦੇ ਨੇ ਸਿਫਤਾਂ ਨੂੰ, ਆ ਸਾਰੇ ਗੁਣ ਹੀ ਨੇ ਪ੍ਰਭੂ ਦੇ, ਸਿਫਤਾਂ ਹੀ ਆ। ਦਿਆਲੂ ਹੈ, ਕਿਰਪਾਲੂ ਹੈ, ਰਹੀਮ ਹੈ, ਕਰੀਮ ਹੈ, ਬਖਸ਼ਿਸ਼ ਕਰਨ ਵਾਲਾ ਹੈ, ਔਰ ਗੁਣ ਵੀ ਸਾਡੇ ਵਾਂਗੂ ਦੋ ਚਾਰ ਇੰਨੇ ਥੋੜੇ ਨਹੀਂ। ਨਿਧਾਨ ਜਿੱਥੇ ਹਰ ਸ਼ੈ ਲੈ ਹੋਵੇ, ਸਮੁੰਦਰ ਗੁਣਾਂ ਦਾ ਖਜ਼ਾਨਾ ਹੈ ਵਾਹਿਗੁਰੂ, ਉਹਨੂੰ ਗੋਬਿੰਦ ਆਉਂਦੇ ਨੇ। ਗੋਬਿੰਦ ਦਾ ਭਾਵ ਹੈ ਗੋ ਧਰਤੀ, ਬਿੰਦ ਪਾਲਣ ਵਾਲਾ ਪਰਮ ਈਸ਼ਵਰ।
ਹੁਣ ਉਹ ਜਿਹੜਾ ਗੋਬਿੰਦ ਹੈ, ਅਕਾਲ ਸਰੂਪ ਆ, ਵਾਹਿਗੁਰੂ ਕਰਨਹਾਰ ਮੇਰੇ ਪ੍ਰਭ ਏਕ ਨਾਮ ਤੇਰੇ ਕੀ ਮਨ ਮਹਿ ਟੇਕ, ਉਹੀ ਕਰਨਹਾਰ ਹੈ। ਗੁਰੂ ਪਰਮੇਸ਼ਰ ਹੀ ਕਰਤਾ ਹੈ, ਉਹਦੇ ਤੋਂ ਬਿਨਾਂ ਕੋਈ ਕਰਤਾ ਨਹੀਂ। ਆਪਾਂ ਸਭ ਉਹਦੇ ਹੁਕਮ ਚ ਪੁਤਲਿਆਂ ਵਾਂਗੂ ਨੱਚਦੇ ਹਾਂ। ਗੁਰ ਕਰਤਾ ਗੁਰ ਕਰਨਹਾਰ ਗੁਰਮੁਖ ਸੱਚੀ ਸੋਏ, ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ, ਗੁਰੂ ਜੋ ਚਾਹੁੰਦੇ ਨੇ ਉਹੀ ਹੁੰਦਾ ਹੈ। ਗੁਰਾਂ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ, ਸਭ ਉਹ ਕਰਨ ਵਾਲੇ ਨੇ, ਪੱਤਾ ਵੀ ਉਹਨਾਂ ਦੇ ਹੁਕਮ ਵਿੱਚ ਹੀ ਹਿਲਦਾ ਹੈ, ਸਾਰੀ ਸ੍ਰਿਸ਼ਟੀ ਹੁਕਮ ਵਿੱਚ ਚੱਲਦੀ ਹੈ। ਇਹ ਬਿਲੀਅਨਸ ਆਫ ਗਲੈਕਸੀਸ, ਇਹ ਖੰਡ ਬ੍ਰਹਿਮੰਡ, ਇਹ ਚੰਦ, ਇਹ ਤਾਰੇ ਸਾਰੇ ਗੁਰੂ ਪਰਮੇਸ਼ਰ ਦੀ ਸੱਤਾ ਦੇ ਸਿਰ ਤੇ ਪ੍ਰਫੁੱਲਤ ਹਨ। ਤੋ ਮਹਾਰਾਜ ਕਹਿੰਦੇ ਨੇ ਸਦਾ ਉਸਨੂੰ ਧਿਆਇਆ ਕਰੋ। ਅੱਗੇ ਹੁਕਮ ਕਰਦੇ ਨੇ, ਅੰਤਰਜਾਮੀ ਪ੍ਰਭ ਸੁਜਾਨ ਅਲਖ ਨਿਰੰਜਨ ਸੋਏ। ਆਪਾਂ ਨੂੰ ਨਹੀਂ ਪਤਾ ਇੱਕ ਦੂਜੇ ਦੇ ਮਨ ਵਿੱਚ ਕੀ ਹੈ, ਪਰ ਪਰਮੇਸ਼ਰ ਦੀ ਜੋਤ ਸਾਡੇ ਅੰਦਰ ਸਮਾਈ ਕਰਕੇ ਉਹ ਸਾਡੇ ਅੰਦਰ ਦੀ ਬਿਰਥਾ ਜਾਣਦਾ ਹੈ। ਅੰਤਸ਼ਕਰਨ ਵਿੱਚ ਅਸਥਿਤ ਹੈ ਸਾਡੇ, ਇਸ ਕਰਕੇ ਉਹ ਅੰਤਰਜਾਮੀ ਹੈ। ਸੁਜਾਣ ਇਹਦਾ ਭਾਵ ਹੈ ਉੱਤਮ ਗਿਆਨ ਵਾਲਾ, ਯਥਾਰਥ ਗਿਆਨ ਵਾਲਾ, ਚਤੁਰ ਦਾਨਾ। ਜਿੰਨੇ ਮਰਜ਼ੀ ਦੁਨੀਆ ਤੇ ਚਲਾਕੀਆਂ ਕਰਨ ਵਾਲੇ ਲੋਕ ਹੋਣ, ਜੋ ਵੀ ਚਲਾਕੀ ਤੁਸੀਂ ਕਰਦੇ ਹੋ ਨਾ, ਇਹ ਉਹਨੇ ਹੀ ਬੁੱਧੀ ਦਿੱਤੀ ਹੋਈ ਹੈ, ਇਸੇ ਕਰਕੇ ਤੁਹਾਡੀ ਸੁਰਤ ਉਡਾਰੀ ਲਾ ਰਹੀ ਹੈ। ਤੋ ਸਭ ਤੋਂ ਵੱਧ ਕੇ ਚਤੁਰ ਦਾਨਾ ਤੇ ਚਲਾਕ ਵਾਹਿਗੁਰੂ ਆਪ ਹੀ ਹੈ। ਦੁਨੀਆਂ ਦੀਆਂ ਚਲਾਕੀਆਂ ਦੁਨੀਆਂ ਤੇ ਚੱਲਦੀਆਂ ਨੇ, ਰੱਬ ਅੱਗੇ ਨਹੀਂ ਚੱਲਦੀਆਂ। ਦੁਨੀਆਂ ਨੂੰ ਧੋਖਾ ਦਿੱਤਾ ਜਾ ਸਕਦਾ ਹੈ, ਜ਼ੁਬਾਨ ਤੇ ਕੁਝ ਹੋਰ, ਢਿੱਡ ਵਿੱਚ ਕੁਝ ਹੋਰ, ਪਰ ਪਰਮੇਸ਼ਰ ਨੂੰ ਨਹੀਂ ਧੋਖਾ ਦਿੱਤਾ ਜਾਂਦਾ। ਉਹ ਸਭ ਜਾਣਦਾ ਹੈ, ਸੁਜਾਣ ਹੈ, ਅਲਖ, ਇਹ ਉਹਦਾ ਮਹਾਨ ਗੁਣ ਹੈ। ਅਲਖਸ਼ ਹੈ, ਲਿਖ ਕੇ ਜਿਹਦਾ ਅੰਤ ਨਹੀਂ ਆਉਂਦਾ, ਜਾਣਿਆ ਨਹੀਂ ਜਾ ਸਕਦਾ। ਸਾਡੀ ਬੁੱਧੀ ਦੀ ਇੱਕ ਸੀਮਾ ਹੈ, ਉਹ ਪਰਮ ਈਸ਼ਵਰ ਅਸੀਮ ਹੈ, ਸੁਰਤੀ ਦੀ ਪਕੜ ਚ ਨਹੀਂ ਆਉਂਦਾ। ਸੁਰਤੀ ਕੁੱਜਾ ਹੈ, ਉਹ ਸਾਗਰ ਹੈ। ਨਿਰੰਜਨ, ਅੰਜਨ ਕੱਜਲ ਨੂੰ ਕਹੀਦਾ ਹੈ, ਜੋ ਅੱਖਾਂ 'ਚ ਕਾਜਲ ਪਾਈਦਾ ਹੈ, ਉਹ ਕਾਲਾ ਹੁੰਦਾ ਹੈ। ਕਹਿੰਦੇ ਪਰਮਾਤਮਾ ਵਿੱਚ ਕੱਜਲ ਦੀ ਨਿਆਈ ਕੋਈ ਕਾਲਖ ਨਹੀਂ ਹੈ, ਨਿਰ ਅੰਜਨ ਹੈ, ਬਿਨਾਂ ਕਾਲਖ ਤੋਂ ਹੈ। ਜਾਂ ਇਉਂ ਸਮਝ ਲਓ, ਮਾਇਆ ਤੋਂ ਬਚਿਆ ਹੋਇਆ ਹੈ, ਰਹਿਤ ਹੈ, ਨਿਰਮਲ ਹੈ। ਰਾਜਸੀ ਤਾਮਸੀ ਸਾਤਕੀ ਗੁਣਾਂ ਦੇ ਵਿੱਚ ਉਹ ਨਹੀਂ ਆਉਂਦਾ। ਪਾਰ ਬ੍ਰਹਮ ਅਪਰੰਪਰ ਸਵਾਮੀ ਸਗਲ ਘਟਾ ਕੇ ਅੰਤਰਜਾਮੀ, ਕਰੋ ਅਰਦਾਸ ਆਪਣੇ ਸਤਿਗੁਰ ਪਾਸ, ਨਾਨਕ ਨਾਮ ਮਿਲੈ ਸੱਚ ਰਾਸ। ਉਹ ਪਰਮੇਸ਼ਰ ਗੁਰੂ ਨਾਨਕ ਸਾਹਿਬ ਦਾ ਹੀ ਸਰੂਪ ਹੈ, ਕਾਲਖ ਤੋਂ ਰਹਿਤ ਹੈ, ਜਿਹੜੇ ਉਹਨਾਂ ਦੇ ਗੀਤ ਗਾਉਂਦੇ ਨੇ।
ਗੁਰੂ ਨਾਨਕ ਕਾਲ ਪੁਰਖ ਦੀ ਵਡਿਆਈ ਗਾਉਂਦੇ ਨੇ, ਉਹ ਵੀ ਕਾਲਖ ਤੋਂ ਰਹਿਤ ਹੋ ਜਾਂਦੇ ਨੇ। ਉਹਨਾਂ ਅੰਦਰ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਕਦੇ ਮੈਲ ਨਹੀਂ ਰਹਿੰਦੀ। ਪਾਰ ਬ੍ਰਹਮ ਪਰਮੇਸ਼ਰੋ ਸਭ ਵਿਦ ਜਾਣਨ ਹਾਰ। ਪਾਰ ਬ੍ਰਹਮ, ਬ੍ਰਹਮ ਦੁਨੀਆਂ ਦੀ ਰਚਨਾ, ਬ੍ਰਹਮ ਤੋਂ ਪਰੇ, ਕਾਲ ਤੋਂ, ਮਾਇਆ ਤੋਂ, ਸਮੇਂ ਤੋਂ ਬਾਹਰ ਹੈ। ਜੋ ਜਿਹਨੇ ਕਾਲ ਬਣਾਇਆ, ਸਮਾਂ ਬਣਾਇਆ, ਉਹਨੂੰ ਪਾਰ ਬ੍ਰਹਮ ਆਖੀਦਾ ਹੈ। ਨਿਰਗੁਣ ਸਰੂਪ ਹਰ ਜ਼ਰੇ 'ਚ ਜਿਹਦੀ ਜੋਤ ਹੈ ਪਰਮੇਸ਼ਰ, ਪਰਮ ਈਸ਼, ਜਿੰਨੇ ਵੀ ਈਸ਼ਵਰ ਨੇ, ਦੇਵੀ ਦੇਵਤੇ ਨੇ, ਸਾਰਿਆਂ ਤੋਂ ਪਰਮ, ਸਾਰਿਆਂ ਤੋਂ ਵੱਡਾ, ਸਾਰਿਆਂ ਦਾ ਖਸਮ। ਕਹਿੰਦੇ ਹਰ ਬਿੱਦ ਜਾਣਦਾ ਹੈ। ਬਿੱਦ ਦਾ ਮਤਲਬ ਕੀ ਹੈ? ਪ੍ਰਕਾਰ, ਤਰੀਕਾ, ਹਰ ਤਰੀਕੇ ਨਾਲ ਸਾਡੀ ਪਰਵਰਿਸ਼ ਕਰਦਾ ਹੈ। ਬਿੱਦ ਦਾ ਦੂਸਰਾ ਭਾਵ ਹੁੰਦਾ ਹਾਲਤ, ਦਸ਼ਾ, ਸਾਡੀ ਹਾਲਤ ਨੂੰ ਸਮਝਦਾ ਹੈ, ਬਿਨ ਬੋਲਿਆਂ ਸਭ ਕੁਛ ਜਾਣਦਾ, ਸਾਡੀ ਪੀੜਾ ਨੂੰ ਸਮਝਦਾ ਹੈ, ਜਿੱਦਾਂ ਕੋਈ ਮਾਂ ਬੱਚੇ ਦੀ ਪੀੜਾ ਨੂੰ ਸਮਝਦੀ ਹੈ। ਮਾਂ ਤੋਂ ਮੰਗਣਾ ਨਹੀਂ ਪੈਂਦਾ, ਉਹ ਜਾਣਦੀ ਹੈ ਮੇਰੇ ਬੱਚੇ ਦੀ ਖੁਸ਼ੀ ਕਾਹਦੇ ਵਿੱਚ ਹੈ, ਉਹੀ ਵਸਤੂ ਮੁਹੱਈਆ ਕਰ ਦੇਵੇਗੀ। ਮਾਂ ਦਾ ਸੁਭਾਅ ਹੀ ਇੱਦਾਂ ਦਾ ਹੈ। ਬਾਣੀ ਦੇ ਵਿੱਚ ਇੱਕ ਜਗ੍ਹਾ ਆਉਂਦਾ ਹੈ, ਜੈਸੇ ਭੁੱਖੇ ਭੋਜਨ ਮਾਤ। ਇਹਦੇ ਦੋ ਪੱਖ ਨੇ, ਇੱਕ ਤੇ ਇਹ ਹੈ ਵੀ ਭੁੱਖ ਨੂੰ ਰੋਟੀ ਮਾਤ ਪਾਉਂਦੀ ਹੈ, ਮਿਟਾਉਂਦੀ ਹੈ। ਦੂਸਰਾ ਪੱਖ ਇਹ ਹੈ, ਭੁੱਖ ਹੋਵੇ ਲੱਗੀ ਤੇ ਮਾਂ ਦਾ ਆਸਰਾ ਸਭ ਤੋਂ ਵੱਧ ਕੇ ਹੈ। ਦੋ ਚਾਰ ਨਿਆਣੇ ਹੋਣ ਨਾ, ਰੋਟੀ ਨਹੀਂ ਮੰਗਣ ਦੀ ਲੋੜ, ਮਾਂ ਨੂੰ ਪਤਾ ਹੁੰਦਾ ਇਸ ਵਕਤ ਇਹਨੂੰ ਭੁੱਖ ਲੱਗਦੀ ਹੈ, ਇਸ ਵਕਤ ਇਹਨੂੰ ਭੁੱਖ ਲੱਗਦੀ ਹੈ, ਕਿਉਂਕਿ ਆਂਦਰਾਂ 'ਚ ਜੂ ਸਿੰਚਿਆ ਹੈ। ਤੋ ਗੁਰੂ ਪਰਮੇਸ਼ਰ ਜਿਹੜੇ ਨੇ ਹਰ ਬਿੱਧ ਦੇ ਨਾਲ ਆਪਣੇ ਪਿਆਰਿਆਂ ਦੀਆਂ ਮੁਰਾਦਾਂ ਪੂਰੀਆਂ ਕਰਦੇ ਨੇ, ਪੀੜਾ ਨੂੰ ਸਮਝਦੇ ਨੇ। ਤੂੰ ਦਾਨਾ ਠਾਕੁਰ ਸਭ ਬਿੱਧ ਜਾਣਾ ਹੈ, ਏਡਾ ਦਾਨਾ ਹੈ ਵਾਹਿਗੁਰੂ, ਹਰ ਬਿੱਧ ਨੂੰ ਉਹ ਜਾਣਦਾ ਹੈ, ਹਰੇਕ ਦੀ ਪਰਵਰਿਸ਼ ਕਰਦਾ ਹੈ, ਮਨ ਪਾਉਂਦੀਆਂ ਦਾਤਾਂ ਦਿੰਦਾ ਹੈ। ਜ਼ਫਰਨਾਮੇ 'ਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਫਾਰਸੀ 'ਚ ਬੋਲ ਕਹੇ ਨੇ, ਅਮਾ ਬਖਸ਼ੋ ਬਖਸ਼ਿੰਦ ਉਹ ਦਸਤਗੀਰ, ਰਜ਼ਾ ਬਖਸ਼ ਰੋਜ਼ੀ ਦੇਹੋ ਦਿਲ ਪਜ਼ੀਰ। ਦਿਲ ਪਜ਼ੀਰ, ਦਿਲ ਨੂੰ ਭਾਉਂਦੀ ਰੋਜ਼ੀ ਦੇਣ ਵਾਲਾ, ਦਿਲ ਨੂੰ ਭਾਉਂਦੀਆਂ ਦਾਤਾਂ ਦੇਣ ਵਾਲਾ, ਦੁੱਖਾਂ 'ਚੋਂ ਦਸਤਗੀਰ, ਬਾਂਹ ਪਕੜ ਕੇ, ਹੱਥ ਪਕੜ ਕੇ ਬਾਹਰ ਕੱਢਣ ਵਾਲਾ, ਇਮਾਨ ਦੇਣ ਵਾਲਾ। ਤੋ ਉਹ ਬੜਾ ਦਾਨਾ ਹੈ, ਬੜਾ ਸਿਆਣਾ ਹੈ, ਹਰੇਕ ਦੀ ਪੀੜਾ ਨੂੰ ਸਮਝਦਾ ਹੈ, ਮਨ ਇਸ਼ਤ ਫਲ ਦਿੰਦਾ ਹੈ, ਨੇਕ ਇੱਛਾਵਾਂ ਪੂਰੀਆਂ ਕਰਦਾ, ਮਾੜੀਆਂ ਨਹੀਂ। ਹੁਣ ਤੁਸੀਂ ਆਖੋਗੇ ਮੇਰੀ ਇੱਛਾ ਹੀ ਨਹੀਂ ਪੂਰੀ ਹੋਈ, ਤੇ ਇੱਛਾ ਤੁਹਾਡੀ ਇਹੋ ਜਿਹੀ ਹੋਵੇ ਵੀ ਸਾਰੇ ਪਿੰਡ ਨੂੰ ਅੱਗ ਲੱਗ ਜੇ, ਗੁਆਂਢੀਆਂ ਦੀ ਕੋਠੀ ਨੂੰ ਅੱਗ ਲੱਗ ਜੇ, ਕਿਸੇ ਦੀ ਗੱਡੀ ਪੈਂਚਰ ਹੋ ਜੇ, ਕਿਸੇ ਦਾ ਬੇੜਾ ਗਰਕ ਹੋ ਜੇ, ਤੁਸੀਂ ਤੇ ਸਾਰਾ ਪਿੰਡ ਹੀ ਮਾਰ ਦਓਗੇ। ਇਹ ਨਹੀਂ, ਨੇਕ ਇੱਛਾਵਾਂ, ਸਰਬੱਤ ਦੇ ਭਲੇ ਦੀਆਂ ਇੱਛਾਵਾਂ। ਤੁਸੀਂ ਕਦੇ ਮਾਪਿਆਂ ਵੱਲ ਧਿਆਨ ਦਿਓ, ਜਿਹੜੀ ਵਸਤੂ ਬੱਚੇ ਲਈ ਲਾਭਦਾਇਕ ਹੈ ਉਹੀ ਦੇਣਗੇ, ਜਿਹੜੀ ਨੁਕਸਾਨਦਾਇਕ ਹੈ ਬੱਚਾ ਰੋਈ ਵੀ ਜਾਵੇ ਨਹੀਂ ਦਿੰਦੇ। ਜੇ ਕੁਝ ਮਿਲਿਆ ਸਮਝ ਗੁਰੂ ਦੀ ਕਿਰਪਾ ਹੈ, ਤੂੰ ਲਾਇਕ ਸੀ, ਨਹੀਂ ਮਿਲਿਆ ਤੇ ਗਿਲਾ ਨਾ ਕਰ, ਤੇਰੇ ਲਈ ਜੋ ਨੁਕਸਾਨਦਾਇਕ ਹੈ ਤੈਨੂੰ ਉਹ ਨਹੀਂ ਦੇ ਰਿਹਾ। ਤੋ ਉਹ ਹਰ ਬਿੱਧ ਦੇ ਨਾਲ ਤੁਹਾਡੀ ਪਰਵਰਿਸ਼ ਕਰਦਾ ਹੈ।
ਸੰਤ ਸਹਾਈ ਸਰਨ ਜੋਗ ਆਠ ਪਹਿਰ ਨਮਸਕਾਰ ਸੰਤਾਂ ਦੀ ਸਹਾਇਤਾ ਕਰਦਾ ਹੈ। ਸੰਤਾਂ ਦੇ ਨੇ ਸ਼ਾਂਤ ਹਿਰਦੇ ਨੂੰ, ਸੰਸਕ੍ਰਿਤ ਦਾ ਲਫ਼ਜ਼ ਹੈ ਸ਼ਾਂਤ, ਉਹਦੇ ਤੋਂ ਬਣਿਆ ਸੰਤ। ਮਨ ਇੰਦਰੇ ਜਿਹਦਾ ਸ਼ਾਂਤ ਹੈ, ਕਾਹਦੇ ਨਾਲ ਸ਼ਾਂਤ ਹੁੰਦੇ ਨੇ, ਜਿਹਨਾਂ ਸਾਸ ਗਿਰਾਸ ਨਾ ਵਿਸਰੈ। ਹਰ ਨਾਮਾ ਮਨ ਮੰਤ ਧਨ ਸੇ ਸਹੀ ਨਾਨਕਾ ਪੂਰਨ ਸੋਈ। ਸੰਤ ਜਿਵੇਂ ਹਾਥੀ ਨੂੰ ਸ਼ਾਂਤ ਕਰਨ ਲਈ ਕੁੰਡਾ ਚਾਹੀਦਾ, ਮਨ ਨੂੰ ਸ਼ਾਂਤ ਕਰਨ ਲਈ ਨਾਮ ਦਾ ਕੁੰਡਾ ਚਾਹੀਦਾ ਹੈ, ਵਾਹਿਗੁਰੂ ਮੰਤਰ ਚਾਹੀਦਾ ਹੈ। ਤੋ ਕਹਿੰਦੇ ਜਿਹੜੇ ਸੰਤ ਨੇ ਉਹਨਾਂ ਦਾ ਸਹਾਈ ਹੈ ਸ਼ਰਨ ਜੋਗ। ਹੁਣ ਜੰਗਲ 'ਚ ਦਿਨ ਕੱਟਣੇ ਨੇ, ਸ਼ਰਨ ਜੋਗ ਕੌਣ ਹੈ? ਸ਼ੇਰ। ਜੇ ਗਿੱਦੜ ਦੀ ਸ਼ਰਨ ਜਾਓਗੇ ਤਾਂ ਕਿੱਦਾਂ ਬਚੋਗੇ? ਸ਼ੇਰ ਦੀ ਸ਼ਰਨ ਹੋਵੋਗੇ ਤੇ ਭੇੜੀਏ ਗਿੱਦੜ ਤੁਹਾਡੇ ਨੇੜੇ ਨਹੀਂ ਆਉਣਗੇ। ਕਲਯੁੱਗ ਦੇ ਵਿੱਚ ਗੁਰੂ ਪਰਮੇਸ਼ਰ ਦੀ ਸ਼ਰਨ ਰਹਿਣਾ ਪੈਂਦਾ ਹੈ, ਉਹਨਾਂ ਦੀ ਓਟ ਲੈਣੀ ਪੈਂਦੀ ਹੈ ਜੇ ਦੁੱਖਾਂ ਤੋਂ ਬਚਣਾ ਹੈ। ਔਰ ਮਹਾਰਾਜ ਕਹਿੰਦੇ ਨੇ ਅੱਠੇ ਪੈਰ ਨਮਸਕਾਰ ਕਰਿਆ ਕਰ, ਗੁਰੂ ਪਰਮੇਸ਼ਰ ਨੂੰ ਯਾਦ ਕਰਿਆ ਕਰ, ਗੀਤ ਗਾਇਆ ਕਰ, ਪ੍ਰਣਾਮ ਕਰਿਆ ਕਰ, ਵੰਦਨਾ ਕਰਿਆ ਕਰ। ਪ੍ਰਭ ਜੀ ਤੂੰ ਮੇਰੇ ਪ੍ਰਾਣ ਅਧਾਰੇ, ਨਮਸਕਾਰ ਡੰਡੌਤ ਵੰਦਨਾ ਅਨਕ ਬਾਰ ਜਾਉਂ ਬਾਰੈ। ਡੰਡੌਤ ਕਰਿਆ ਕਰ, ਲੰਮਾ ਪਿਆ ਕਰ, ਉਹਦੇ ਗੀਤ ਗਾਇਆ ਕਰ, ਤਰਲਾ ਲਿਆ ਕਰ, ਕਿਉਂਕਿ ਦਾਤਾਰ ਉਹ ਹੈ, ਦਾਤਾ ਦੇਣ ਵਾਲਾ ਉਹ ਹੈ, ਸਭਨਾ ਦੀ ਪਰਵਰਿਸ਼ ਕਰਨ ਵਾਲਾ ਉਹ ਹੈ। ਅਕਥ ਕਥਾ ਨਹਿ ਬੂਝੀਐ, ਸਿਮਰਹੋ ਹਰ ਕੇ ਚਰਨ। ਪਰਮਾਤਮਾ ਦੀ ਕਥਾ ਹਰ ਧਰਮ ਦੇ ਧਾਰਮਿਕ ਗ੍ਰੰਥ ਨੇ ਕੀਤੀ, ਹਰ ਮਹਾਂਪੁਰਸ਼ ਨੇ, ਗੁਰੂ ਪੀਰ ਨੇ, ਅਵਤਾਰ ਨੇ, ਮੈਸੈਂਜਰ ਆਫ ਗੋਡ ਪੈਗੰਬਰਾਂ ਨੇ ਕੀਤੀ। ਪਰ ਸਾਰਿਆਂ ਦੇ ਮੂੰਹੋਂ, ਸਾਰਿਆਂ ਦੀ ਕਲਮ ਚੋਂ ਇਹੀ ਨਿਕਲਿਆ ਅਕਥ ਕਥਾ। ਕਥਾ ਦਾ ਅੰਤ ਹੀ ਕੋਈ ਨਹੀਂ ਹੈ, ਬਿਆਨ ਹੀ ਨਾ ਕੀਤਾ ਜਾਵੇ ਜੋ ਅਕਥਨੀ ਹੈ। ਪਰਮੇਸ਼ਵਰ ਦੀ ਹਸਤੀ ਐਸੀ ਹੈ। ਹੁਣ ਸਮੁੰਦਰ ਦਾ ਇੱਕ ਕੰਢਾ ਤੇ ਬਿਆਨ ਕਰ ਲਓਗੇ ਜਿੱਥੇ ਖਲੋਤੇ ਹੋ, ਪਰਲਾ ਕੰਢਾ ਕਿਵੇਂ ਬਿਆਨ ਕਰਨਾ, ਦਿਖਦਾ ਹੀ ਨਹੀਂ ਹੈ। ਤੋ ਪਰਮੇਸ਼ਵਰ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਫਿਰ ਵੀ ਉਹਦੀ ਕਥਾ, ਉਹਦਾ ਪ੍ਰਸੰਗ, ਬਿਆਨ, ਵਿਆਖਿਆ ਚੱਲਦੀ ਹੈ। ਜਿਵੇਂ ਸਾਗਰ 'ਚ ਚੁੱਭੀ ਲਾ ਕੇ ਆਨੰਦ ਲਿਆ ਜਾ ਸਕਦਾ ਹੈ, ਸਾਗਰ ਨੂੰ ਪੀਤਾ ਨਹੀਂ ਜਾ ਸਕਦਾ, ਇੱਦਾਂ ਗੁਰੂ ਪਰਮੇਸ਼ਰ ਦੇ ਗੀਤ ਗਾ ਕੇ ਆਨੰਦ ਲਿਆ ਜਾ ਸਕਦਾ ਹੈ, ਉਹਦਾ ਕਦੇ ਅੰਤ ਨਹੀਂ ਆਉਂਦਾ, ਉਹਦੀ ਅਕਥ ਕਥਾ ਹੈ। ਹੁਣ ਉਹ ਜਿਹਦੀ ਕਥਾ ਹੀ ਅਕਥ ਹੈ, ਕਹਿੰਦੇ ਉਹਦੇ ਬਾਰੇ ਕੀ ਬੁੱਝੋਗੇ, ਉਹਦਾ ਅੰਤ ਕਿੱਥੋਂ ਪਾ ਲਓਗੇ? ਹਾਂ, ਕਰਨਾ ਕੀ ਹੈ? ਉਹਦੇ ਚਰਨਾਂ ਦਾ ਧਿਆਨ ਰੱਖਿਆ ਕਰੋ, ਧਿਆਨ ਧਾਰਿਆ ਕਰੋ, ਉਹਦੇ ਗੀਤ ਗਾਇਆ ਕਰੋ। ਜਿਵੇਂ ਆਪਣੀ ਕੋਈ ਵਡਿਆਈ ਕਰੇ, ਆਪਾਂ ਉਹਦੇ ਤੇ ਖੁਸ਼ ਹੋ ਕੇ ਜੋ ਮੰਗੇ ਦੇ ਦੇਈਦਾ। ਜਿਹੜਾ ਉਹਦੇ ਗੀਤ ਗਾਉਂਦਾ ਉਹਦੀ ਝੋਲੀ ਭਰ ਜਾਂਦੀ ਹੈ। ਅਕਥ ਕਥਾ ਵਿਚਾਰੀਐ, ਜੇ ਸਤਿਗੁਰ ਮਾਹੇ ਸਮਾਏ, ਪੀ ਅੰਮ੍ਰਿਤ ਸੰਤੋਖਿਆ ਦਰਗਹਿ ਪੈਂਦਾ ਜਾਏ। ਗੁਰੂ ਦੇ ਚਰਨਾਂ ਵਿੱਚ ਆ ਕੇ ਸ਼ਬਦ ਦੀ ਰਾਹੀਂ ਉਸ ਅਕਥ ਦੀ ਕਥਾ ਕਰੋ, ਉਹਦੇ ਗੀਤ ਗਾਓ। ਜੀਵਨ ਵਿੱਚ ਇੱਕ ਸਮਾਂ ਐਸਾ ਆਵੇਗਾ
ਨਾਮ ਰੂਪੀ ਅੰਮ੍ਰਿਤ ਛੱਕ ਕੇ ਤ੍ਰਿਪਤੀ ਹੋਵੇਗੀ, ਮੰਗਣਾ ਮੁੱਕੇਗਾ, ਰੋਗ ਸੋਗ ਮਿਟਣਗੇ ਤੇ ਦਰਗਾਹ ਦੇ ਵਿੱਚ ਵੀ ਤੁਹਾਡਾ ਅਦਬ ਹੋਵੇਗਾ, ਸਤਿਕਾਰ ਹੋਵੇਗਾ। ਤੋ ਉਹਦੇ ਗੀਤ ਗਾਇਆ ਕਰੋ। ਅੱਗੇ ਮਹਾਰਾਜ ਕਹਿੰਦੇ, ਪਤਤ ਉਧਾਰਨ ਅਨਾਥ ਨਾਥ, ਨਾਨਕ ਪ੍ਰਭ ਕੀ ਸਰਨ। ਪਰਮੇਸ਼ਵਰ ਵਾਹਿਗੁਰੂ ਜਿਹੜਾ ਹੈ, ਪਤਤ ਉਧਾਰਨ, ਪਤਤ ਆਂਦੇ ਨੇ ਡਿੱਗਿਆ ਹੋਇਆ, ਧਰਮ ਤੋਂ ਕਰਮ ਤੋਂ ਹੇਠਾਂ। ਨਾ ਧਰਮ ਵਿੱਚ ਹੀ ਪਰਪੱਕ ਹੈ, ਨਾ ਕਰਮ ਵਿੱਚ ਹੀ ਸਫਾਈ ਹੈ, ਨਾ ਧਰਮ ਦੇ ਸਿਧਾਂਤ ਨੂੰ ਹੀ ਫੋਲੋ ਕਰਦਾ ਤੇ ਨਾ ਕਰਮ ਵਿੱਚ ਹੀ ਪਰਪੱਕ ਹੈ। ਲੋਕਾਂ ਦਾ ਹੱਕ ਮਾਰ ਮਾਰ ਕੇ ਖਾਂਦਾ, ਪਾਪ ਕਰਦਾ, ਮੁਰਦਾਰ ਖਾਂਦਾ ਹੈ। ਕਹਿੰਦੇ ਜਿਹੜਾ ਬੰਦਾ ਪਤਤ ਹੈ, ਜੇ ਕਿਧਰੇ ਉਹ ਵੀ ਪਛਾਤਾਪ ਕਰੇ, ਨਾਮ ਜਪੇ, ਤੋ ਉਹਨੂੰ ਵੀ ਮਹਾਰਾਜ ਪਵਿੱਤਰ ਕਰ ਦਿੰਦੇ ਨੇ, ਜਿਵੇਂ ਗੁਰੂ ਨਾਨਕ ਸਾਹਿਬ ਨੇ ਸੱਜਣ ਠੱਗ ਨੂੰ ਸੰਤ ਕਰ ਦਿੱਤਾ। ਫਿਰ ਵਾਹਿਗੁਰੂ ਦੀ ਖਾਸੀਅਤ ਹੈ, ਅਨਾਥ ਕਾ ਨਾਥ ਹੈ। ਅਨਾਥ ਦਾ ਮਤਲਬ ਹੁੰਦਾ ਜਿਹਦਾ ਕੋਈ ਨਾਥ ਨਹੀਂ, ਕੋਈ ਸਵਾਮੀ ਨਹੀਂ, ਕੋਈ ਖਸਮ ਨਹੀਂ, ਕੋਈ ਮਾਲਕ ਨਹੀਂ, ਜਿਹੜਾ ਦੀਨ ਹੈ, ਮੁਹਤਾਜ ਹੈ, ਯਤੀਮ ਹੈ, ਮਹਿਟਰ ਹੈ, ਉਹ ਵੀ ਉਹਦੀ ਸ਼ਰਨ ਜਾਵੇ, ਜਿਹਨੂੰ ਕਿਸੇ ਦਾ ਆਸਰਾ ਨਹੀਂ। ਘਰ ਦੇ ਵੀ ਛੱਡ ਗਏ, ਰਿਸ਼ਤੇਦਾਰ ਵੀ ਛੱਡ ਗਏ, ਮੁਸ਼ਕਲ ਐਸੀ ਬਣ ਗਈ, ਸਭੋ ਭੱਜੇ ਆਸਰਾ, ਚੁੱਕੇ ਸਭ ਅਸਰਾ, ਉਹ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤਾਤੀ ਵਾਓ। ਪਰ ਕਿਧਰੇ ਗੁਰੂ ਪਰਮੇਸ਼ਰ ਦੀ ਸ਼ਰਨ ਚਲਿਆ ਜਾਵੇ, ਓਟ ਵਿੱਚ ਚਲਿਆ ਜਾਵੇ, ਪਨਾਹ ਵਿੱਚ ਚਲਿਆ ਜਾਵੇ, ਉਹਦੀ ਰੱਖਿਆ ਹੁੰਦੀ ਹੈ, ਉਹਦਾ ਨਾਥ ਬਣ ਜਾਂਦਾ ਹੈ ਗੁਰੂ ਪਰਮੇਸ਼ਰ, ਸਵਾਮੀ ਬਣ ਜਾਂਦਾ ਹੈ, ਆਸਰਾ ਬਣ ਜਾਂਦਾ ਹੈ। ਤੋ ਗੁਰਦੇਵ ਕਹਿੰਦੇ ਨੇ, ਜੀ ਜੁਗਤ ਜਾਂ ਕਹਿ ਹੈ ਹਾਥ, ਸੋ ਸਿਮਰ ਹੋ ਨਾਥ ਕੋ। ਨਾਥ ਸਾਰੀ ਜੁਗਤ ਵਾਹਿਗੁਰੂ ਦੇ ਹੱਥ ਹੈ, ਹਰ ਪ੍ਰਕਾਰ ਦੇ ਨਾਲ ਦੁਨੀਆਂ ਨੂੰ ਸਾਂਭਦਾ ਹੈ, ਪਾਲਦਾ ਹੈ, ਤੈਨੂੰ ਜਾਪਦਾ ਹੈ, ਤੇਰਾ ਕੋਈ ਆਸਰਾ ਨਹੀਂ, ਸਹਾਰਾ ਨਹੀਂ, ਉਹਦੀ ਸ਼ਰਨ ਜਾ। ਅਨਾਥਾਂ ਦਾ ਵੀ ਖਸਮ ਹੈ, ਯਤੀਮਾਂ ਦਾ ਵੀ ਬਾਪ ਹੈ, ਰੱਖਿਆ ਕਰਨ ਵਾਲਾ ਹੈ। ਪ੍ਰਭ ਚਿਤ ਆਏ ਸਭ ਦੁੱਖ ਜਾਏ, ਭੈ ਸਭ ਬਿਨਸਹਿ ਹਰ ਕਹਿ ਨਾਏ। ਜਿਹੜਾ ਉਹਦੀ ਸ਼ਰਨ ਜਾ ਕੇ ਗੁਰੂ ਪਰਮੇਸ਼ਰ ਦੇ ਗੀਤ ਗਾਵੇਗਾ, ਤੁਹਾਡੇ ਜੀਵਨ ਵਿੱਚ ਕੋਈ ਵੀ ਦੁੱਖ ਹੈ, ਤਕਲੀਫ ਹੈ, ਮਿਟ ਜਾਵੇਗੀ। ਕਿਸੇ ਦਾ ਵੀ ਡਰ ਹੈ, ਚਾਹੇ ਮੌਤ ਦਾ, ਚਾਹੇ ਦੁਸ਼ਮਣਾਂ ਦਾ, ਰੋਗਾਂ ਦਾ, ਸੋਗਾਂ ਦਾ, ਬਿਨਸ ਜਾਵੇਗਾ, ਪਰਮਾਤਮਾ ਦੇ ਨਾਮ ਵਿੱਚ ਐਸੀ ਬਰਕਤ ਹੈ। ਤੋ ਗੁਰਦੇਵ ਇੱਥੇ ਸਾਨੂੰ ਇਹੀ ਸਮਝਾਉਂਦੇ ਨੇ, ਸਾਰਿਆਂ ਦਾ ਮਾਲਕ ਦਾਤਾਰ ਅਕਾਲ ਪੁਰਖ, ਗੁਣਾ ਉਹਦਿਆਂ ਦਾ ਅੰਤ ਕੋਈ ਨਾ, ਉਹਦੇ ਗੀਤ ਗਾਓ, ਤੁਹਾਡੇ ਜੀਵਨ ਵਿੱਚ ਰੋਗ ਸੋਗ ਨਹੀਂ ਰਹਿਣਗੇ, ਜੀਵਨ ਸਫਲਾ ਹੋ ਜਾਵੇਗਾ। ਦਾਸ ਇੱਥੇ ਬਾਣੀ ਨੂੰ ਸੰਕੋਚਦਾ, ਫੁੱਲ ਚੁੱਕਦੀ ਖਿਮਾ, ਖੰਡੇ ਦੀ ਪੌੜ ਛਕੋ, ਗੁਰੂ ਵਾਲੇ ਬਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।